ਸੱਤਰੀਏ ਕਲਗੀ ਸਾਰਿਆਂ ਨੂੰ ਹਾਜ਼ਰਾਂ ਲੈ ਕੇ ਅੱਜ ਦੀ ਨਵੀਂ ਕਹਾਣੀ ਕਹਾਣੀ ਹੈ ਜੀ ਪਰੀਆਂ ਦਾ ਦੇਸ਼ ਤੇ ਕਹਾਣੀਕਾਰ ਨੇ ਮੇਜਰ ਮੰਗਟ ਕਹਾਣੀ ਸੁਣਨ ਤੋਂ ਬਾਅਦ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਪਿੰਦੀ ਦਾ ਜਦੋਂ ਮਾਪੇ ਤੇ ਭੈਣ ਭਰਾਵਾਂ ਦੇ ਕੈਨੇਡਾ ਆਉਣ ਦਾ ਸੁਪਨਾ ਵੀ ਪੂਰਾ ਹੋ ਗਿਆ ਤਾਂ ਉਹਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਨਾ ਰਿਹਾ ਜਿਸ ਦਿਨ ਦੀ ਉਹ ਵਿਆਹ ਕਰਵਾ ਕੇ ਆਈ ਸੀ ਬਸ ਅੱਗੇ ਹੀ ਅੱਗੇ ਵੱਧਦੀ ਜਾ ਰਹੀ ਸੀ ਪਿਛਲੇ ਕੁਝ ਦਿਨਾਂ ਤੋਂ ਉਹਦੇ ਮਨ ਅੰਦਰ ਇੱਕ ਅਚਵੀ ਜਿਹੀ ਲੱਗੀ ਹੋਈ ਸੀ ਜਿਵੇਂ ਕਿਸੇ ਨੇ ਉਹਦੇ ਅੱਗੇ ਵੱਧ ਰਹੇ ਪੈਰਾਂ ਨਾਲ ਭਾਰੇ ਭਾਰੇ ਪੱਥਰ ਬੰਨ ਦਿੱਤੇ ਹੋਣ ਉਹਦੇ ਪਤੀ ਦਾ ਘਰ ਅੰਦਰ ਪਹਿਲਾ ਸਥਾਨ ਹਾਸਲ ਕਰਨ ਲਈ ਸੰਘਰਸ਼ ਹੋਰ ਤਿੱਖਾ ਹੋ ਗਿਆ ਜੋ ਪਿੰਦੀ ਨੁਕਦਾ ਚਿਤ ਵੀ ਬਰਦਾਸ਼ਤ ਨਹੀਂ ਸੀ ਉਹ ਕੈਨੇਡਾ ਚ ਉਸ ਤੋਂ ਕਈ ਸਾਲ ਪਹਿਲਾਂ ਆਈ ਸੀ ਜੀਨੇ ਉਹਨੂੰ ਮੰਗਵਾ ਕੇ ਕੈਨੇਡਾ ਦੀ ਧਰਤੀ ਤੇ ਰਿੜਨਾ ਤੁਰਨਾ ਤੇ ਦੌੜਨਾ ਸਿਖਾਇਆ ਸੀ ਤੇ ਹੁਣ ਉਸ ਨੂੰ ਖੰਭ ਨਿਕਲ ਆਏ ਸੀ ਪਿੰਦੀ ਦਾ ਪੇਕਾ ਪਰਿਵਾਰ ਵੀ ਉਸ ਨੂੰ ਕਈ ਵਾਰ ਚੇਤਾਵਨੀ ਦੇ ਚੁੱਕਿਆ ਸੀ ਕਿ ਜਿਵੇਂ ਕੰਮਾਂ ਤੇ ਵੱਧ ਸੀਨੀਅਰਟੀ ਵਾਲਿਆਂ ਦੀ ਪਹਿਲ ਹੁੰਦੀ ਹੈ ਇਸ ਤਰ੍ਹਾਂ ਘਰ ਵਿੱਚ ਵੀ ਤੇਰੀ ਹੀ ਪੁੱਗਣੀ ਚਾਹੀਦੀ ਆ ਭਰਾਉਣੇ ਨੂੰ ਕਾਬੂ ਕਰ ਜੋ ਤੇਰੀ ਹਿੱਕ ਤੇ ਪੈਰ ਰੱਖ ਕੇ ਅੱਗੇ ਲੰਘ ਜਾਣ ਦੇ ਸੁਪਨੇ ਲੈਂਦਾ। ਇੱਕ ਦਿਨ ਫੇਰ ਉਹਦੀ ਮਾਂ ਜਸ ਮੇਲਕੌਰ ਨੇ ਗੱਲ ਤੋਰੀ। ਦੇਖਤੀ ਏ ਤੈਨੂੰ ਕਿਵੇਂ ਕੈਨੇਡਾ ਤੋਰਿਆ ਸੀ। ਤੇਰੇ ਪਿਓ ਦਾ ਪੂਰਾ 7 ਲੱਖ ਲੱਗਿਆ ਸੀ ਤੇਰੇ ਵਿਆਹ ਤੇ। ਉਹਦੀ ਤਾਂ ਪਾਈ ਪਾਈ ਲਿਖੀ ਹੋਈ ਆ। ਮੈਂ ਆਪਣੇ ਸਾਰੇ ਗਹਿਣੇ ਵੇਚ ਕੇ ਤੇਰੇ ਪਹਿਲੇ ਸਹੁਰਿਆਂ ਨੂੰ ਟੂਮ ਛੱਲੇ ਪਾ ਕੇ ਮਨ ਮਨੋਤਾ ਕੀਤੀਆਂ ਸਨ। ਉਹ ਵੀ ਤੇਰੇ ਪਿਓ ਦੀ ਬੋਲਸ ਦੀ ਨੌਕਰੀ ਕਰਕੇ ਚਾਰ ਪੈਸੇ ਜੁੜੇ ਹੋਏ ਸੀ ਇਹ ਸਾਡੀ ਕੁਰਬਾਨੀ ਇਸ ਕਰਕੇ ਵੀ ਸਮਝ ਲਾ ਕਿ ਤੇਰੇ ਭੈਣ ਭਰਾਵਾਂ ਦਾ ਕੁਝ ਬਣ ਜੂਗਾ ਪਰ ਹੁਣ ਇਹ ਕੀ ਹੋ ਰਿਹਾ ਅਮਰ ਸਾਡੇ ਕਰਕੇ ਨਿਤ ਦਾ ਕਲੇਸ਼ ਕਿਉਂ ਰੱਖਦਾ ਏ ਜੇ ਤੂੰ ਨਹੀਂ ਸਾਡਾ ਖਿਆਲ ਰੱਖੇਂਗੀ ਫਿਰ ਹੋਰ ਕੌਣ ਰੱਖੂ ਕੀ ਅਸੀਂ ਨਹੀਂ ਤੇਰਾ ਖਿਆਲ ਰੱਖਿਆ ਫਿਰ ਉਹ ਕੰਨ ਕੋਲ ਮੂੰਹ ਕਰਕੇ ਬੋਲੀ ਕਿ ਇੰਡੀਆ ਵਿੱਚ ਤੇਰੇ ਵਸਣ ਦੇ ਲੱਛਣ ਸੀ ਉਦੋਂ ਤਾਂ ਇਹੀ ਅਮਰ ਤੇ ਇਹਦੇ ਮਾਪੇ ਤੇਰੇ ਪਿਓ ਗਿਆ ਕਿ ਨਿੱਤ ਪੂੰਛ ਹਲਾਉਂਦੇ ਸੀ ਕਿ ਰਿਸ਼ਤਾ ਲੈ ਲਓ ਸਾਨੂੰ ਹਰ ਗੱਲ ਮਨਜ਼ੂਰ ਆ ਤੇ ਹੁਣ ਇਹ ਕਿਸ ਗੱਲ ਦਾ ਰੋਜ ਝੱਜੂ ਪਾਉਂਦਾ ਏ ਇਹਨੂੰ ਕਾਬੂ ਚ ਰੱਖ ਮੈਂ ਤੈਨੂੰ ਦੱਸਾਂ ਮਾਂ ਲੋਹੀ ਲੱਖੀ ਹੋਈ ਪਈ ਸੀ ਭਿੰਦੀ ਦਾ ਸਿਰ ਚਕਰਾ ਰਿਆ ਸੀ ਮਾਂ ਠੀਕ ਹੀ ਤਾਂ ਕਹਿ ਰਹੀ ਆ ਉਹਦਾ ਵ્યા ਮਾਪੇ ਨੇ ਕਿ ਇਸੇ ਮਕਸਦ ਲਈ ਕੀਤਾ ਸੀ ਨਹੀਂ ਤਾਂ ਕਿਹੜਾ ਬਾਪ ਆਪਣੀ ਧੀ ਨੂੰ ਦੁੱਗਣੀ ਉਮਰ ਦੇ ਮਰਦ ਤੇ ਦੋ ਬੱਚਿਆਂ ਦੇ ਬਾਪ ਨਾਲ ਜੋ ਨਿੱਤ ਦਾ ਸ਼ਰਾਬੀ ਹੋਵੇ ਵਿਆਹਦਾਏ ਐਸੇ ਕਰਕੇ ਤਾਂ ਉਸ ਨਾਲੋਂ ਰਿਸ਼ਤਾ ਟੁੱਟਾ ਸੀ ਜਦੋਂ ਪਿੰਦੀ ਨੇ ਘਰ ਵਾਲੇ ਨੂੰ ਸ਼ਰਾਬ ਪੀਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹਦੇ ਥੱਪੜ ਮਾਰਿਆ ਸੀ ਸ਼ਾਇਦ ਉਸ ਦਾ ਪਹਿਲੀ ਪਤਨੀ ਨਾਲੋਂ ਰਿਸ਼ਤਾ ਟੁੱਟਣ ਦਾ ਇਹੋ ਕਾਰਨ ਹੋਵੇ ਜੋ ਦੋਨੋਂ ਬੱਚੇ ਲੈ ਕੇ ਵੱਖਰੀ ਰਹਿਣ ਲੱਗ ਪਈ ਸੀ ਤਲਾਕ ਹੋਣ ਤੋਂ ਬਾਅਦ ਵੀ ਉਹਨੇ ਪੀਣ ਹੀ ਨਹੀਂ ਸੀ ਛੱਡੀ ਪਰ ਇਸੇ ਵਜ੍ਹਾ ਕਰਕੇ ਸਾਰੇ ਰਿਸ਼ਤੇਦਾਰ ਛੱਡ ਦਿੱਤੇ ਸਨ ਰਿਸ਼ਤੇਦਾਰਾਂ ਤੇ ਕਹਿਣ ਤੇ ਵੀ ਕਾਹਨੂੰ ਕਿਸੇ ਹੋਰ ਕੁੜੀ ਦੀ ਜ਼ਿੰਦਗੀ ਬਰਬਾਦ ਕਰਦੇ ਹੋ ਉਹਦੇ ਮਾਂ-ਬਾਪ ਉਹਨੂੰ ਭਾਰਤ ਜਾ ਕੇ ਵਿਆਹ ਲਿਆਏ ਸੀ ਕਿ ਸ਼ਾਇਦ ਨਵੀਂ ਬਹੂ ਉਹਨੂੰ ਸੁਧਾਰ ਦੇਵੇ ਪਰ ਪਰਨਾਲਾ ਉਥੇ ਦਾ ਉਥੇ ਰਿਹਾ ਕਈ ਵਾਰੀ ਉਹ ਸੋਚਦੀ ਮੈਂ ਵਿਆਹ ਕਿਉਂ ਕਰਵਾਇਆ ਪਰ ਇਹ ਅਸਲੀਅਤ ਤਾਂ ਉਹਦਾ ਪਿਓ ਸਰਦੂਲ ਸਿੰਘ ਵੀ ਜਾਣਦਾ ਸੀ ਉਦੋਂ ਤੱਕ ਕੈਨੇਡਾ ਦੇ ਮੁਕਾਬਲੇ ਵਿੱਚ ਉਸ ਨੂੰ ਇਹ ਗੱਲਾਂ ਪੜੀਆਂ ਛੋਟੀਆਂ ਜਿਹੀਆਂ ਜਾਪੀਆਂ ਕਿ ਉਮਰ ਨੂੰ ਹੁਣ ਕੌਣ ਦੇਖਦਾ ਹੈ ਜਮਾਨਾ ਬਦਲ ਗਿਆ ਮੈਂ ਤਾਂ ਪਿਛਲੇ 20 ਵਰੇ ਤੋਂ ਪਿੰਨਾ ਸਾਰੀ ਦੁਨੀਆ ਹੀ ਪਿੰਦੀ ਆ ਨਾਲੇ ਕਨੇਡਾ ਵਰਗੇ ਮੁਲਕ ਚ ਜਾ ਕੇ ਤਾਂ ਇਹ ਗੱਲਾਂ ਮਾਇਨੇ ਨਹੀਂ ਰੱਖਦੀਆਂ ਫਿਰ ਉਹ ਆਪਣੀ ਪਤਨੀ ਨੂੰ ਦਲੀਲ ਨਾਲ ਸਮਝਾਉਂਦਾ ਤੂੰ ਪੰਜਾਬ ਦਾ ਹਾਲ ਦੇਖ ਨੌਕਰੀਆਂ ਇੱਥੇ ਮਿਲਦੀਆਂ ਕੋਈ ਨਹੀਂ ਹਰ ਬੰਦਾ ਹਥਿਆਰ ਚੁੱਕੇ ਫਿਰਦਾ ਰੋਜ਼ ਜਾਨ ਨੂੰ ਮਾਰਨ ਦੀਆਂ ਧਮਕੀਆਂ ਆਉਂਦੀਆਂ ਨੇ ਜੇ ਇਹੀ ਹਾਲਾਤ ਰਹੇ ਤਾਂ ਇਸ ਮੁਲਕ ਵਿੱਚ ਰਹਿਣਾ ਖਾਲਾ ਜੀ ਦਾ ਵਾੜਾ ਨਹੀਂ ਉਹ ਵੀ ਇੱਕ ਪੁਲਿਸ ਵਾਲੇ ਵਾਸਤੇ ਨਾਲੇ ਹੁਣ ਚਾਰ ਪੈਸੇ ਕੋਲ ਲੈ ਚੰਗੇ ਮੌਕੇ ਜੋੜ ਲੈ ਜੇ ਕੱਲ ਨੂੰ ਕੋਈ ਇਮਾਨਦਾਰੀ ਦਾ ਡੰਗਿਆ ਅਫਸਰ ਆ ਗਿਆ ਫਿਰ ਇਹ ਵੀ ਖਰਚੇ ਜਾਣਗੇ ਜੇ ਕੋਈ ਇਨਕੁਆਰੀ ਬੈਠ ਗਈ ਤਾਂ ਸਰ ਗਿਆ ਫਿਰ ਹਰ ਕੋਈ ਤੱਕੇ ਸਾਹਿਬ ਦਾ ਮੁੱਦਾ ਚੁੱਕੀ ਫਿਰਦਾ ਹੈ ਹੁਣ ਪੱਕਾ ਹੀ ਨਿਕਲ ਜਾਂਦੇ ਆ ਬੱਚਿਆਂ ਦਾ ਵੀ ਕੁਝ ਬਣ ਜਾਊਗਾ ਮੁੰਡੇ 'ਚ ਨੁਕਸ ਕੱਢਣੇ ਛੱਡ ਦੇ ਤੇ ਹਾਂ ਕਰ ਫਿਰ ਮਾਦੇਵੀ ਗੱਲ ਖਾਣੇ ਵਿੱਚ ਬੈਠ ਗਈ ਸੀ ਇਹ ਰਿਸ਼ਤਾ ਹੋ ਗਿਆ ਪਿੰਦੀ ਪਹਿਲਾਂ ਪਹਿਲਾਂ ਤਾਂ ਅੜ ਗਈ ਸੀ ਪਰ ਮਾਂ ਨੇ ਸਮਝਾਇਆ ਕੁੜੀਏ ਕੈਨੇਡਾ ਜਾ ਕੇ ਤੇਰਾ ਭਵਿਕ ਬਣ ਜੂਗਾ ਇੱਥੇ ਵੀ ਚੰਗਾ ਮੁੰਡਾ ਮਿਲਣ ਦੀ ਕੀ ਗਾਰੰਟੀ ਆ ਨਸ਼ੇ ਦਾ ਹੜ ਵਗਦਾ ਇੱਥੇ ਤਾਂ ਕਰੈਕਟਰ ਨਾਂ ਦੀ ਕੋਈ ਚੀਜ਼ ਹੈ ਨਹੀਂ ਤੂੰ ਆਪਣੇ ਅੰਦਰ ਹੀ ਝਾਤੀ ਮਾਰ ਕੇ ਸੋਚ ਤੇਰੇ ਪਿਓ ਨੂੰ ਤਾਂ ਤੇਰਾ ਕੋਈ ਭੇਦ ਨਹੀਂ ਪਰ ਤੇਰੀ ਮਾਂ ਨੂੰ ਤਾਂ ਸਭ ਕੁਝ ਪਤਾ ਹੈ ਕਦੇ ਵੀ ਬਦਨਾਮੀ ਦੀ ਕਾਲਖ ਤੇਰਾ ਘਰ ਤਬਾਹ ਕਰ ਸਕਦੀ ਆ ਅਜੇ ਤਾਂ ਤੇਰੇ ਪਿਓ ਦੇ ਅਹੁਦੇ ਕਰਕੇ ਲੋਕੀ ਨਹੀਂ ਬੋਲਦੇ ਪਿੰਦੀ ਨੇ ਸੋਚਿਆ ਮਾਂ ਠੀਕ ਹੀ ਤਾਂ ਕਹਿੰਦੀ ਆ ਮੈਨੂੰ ਚਾਂਸ ਛੱਡਣਾ ਨਹੀਂ ਚਾਹੀਦਾ ਤੇ ਉਹ ਰਾਜੀ ਹੋ ਗਈ ਸੀ ਉਧਰ ਮੁੰਡੇ ਵਾਲੇ ਸੋਚਦੇ ਕਿ ਸਾਡੇ ਸ਼ਰਾਬੀ ਕਬਾਬੀ ਦਾਜੂ ਪੁੱਤ ਨੂੰ ਥਾਣੇਦਾਰ ਦੀ ਕਾਲਜ ਪੜ੍ਹਦੀ 20 ਵਰਿਆਂ ਦੀ ਕੁੜੀ ਚੌਖਾ ਦਾਜ ਲੈ ਕੇ ਲੱਖਾਂ ਰੁਪਏ ਨਗਦ ਮਿਲ ਰਿਹਾ ਏ ਹੋਰ ਸਾਨੂੰ ਕੀ ਚਾਹੀਦਾ ਦੋਨੋਂ ਪਰਿਵਾਰ ਇੱਕ ਦੂਜੇ ਨੂੰ ਦਾਤੇ ਲਾਉਣ ਦੀ ਸੋਚ ਰਹੇ ਸੀ ਹੋਰ ਵਿਆਹ ਦੀ ਆੜ ਵਿੱਚ ਰਹਿ ਵੀ ਕੀ ਗਿਆ ਸੀ ਅਸਲ ਗੇਮ ਤਾਂ ਉਦੋਂ ਸ਼ੁਰੂ ਹੋਈ ਜਦੋਂ ਪਿੰਦੀ ਕਨੇਡਾ ਪਹੁੰਚਣ ਤੋਂ ਬਾਅਦ ਪਿੰਦੀ ਦੇ ਘਰ ਵਾਲੇ ਅਮਰ ਨੂੰ ਕੁਝ ਲੋਕ ਪਹਿਲਾਂ ਤੋਂ ਹੀ ਮਤਾਂ ਦੇ ਰਹੇ ਸੀ ਕਿ ਕੁੜੀ ਤੇਰੇ ਤੋਂ ਅੱਧੀ ਉਮਰ ਦੀ ਆ ਸੰਭਾਲ ਕੇ ਰੱਖੀ ਦੋ ਦੋ ਜੋਬਾਂ ਤੇ ਲਾ ਕੇ ਰੱਖੀ ਤਾਂ ਕਿ ਥੱਕੀ ਹਰੀ ਸੌਣ ਤੋਂ ਬਿਨਾ ਹੋਰ ਕੁਝ ਸੋਚਣ ਦਾ ਮੌਕਾ ਹੀ ਨਾ ਮਿਲੇ ਉਹਦੇ ਪਰਿਵਾਰ ਨੂੰ ਭੁੱਲ ਕੇ ਵੀ ਸਪான்ਸਰ ਕਰਨ ਦਾ ਮੌਕਾ ਨਾ ਦੇਵੀ ਫੇਰ ਇਸ ਕਬੂਤਰੀ ਨੂੰ ਬੈਠਣ ਲਈ ਇੱਕ ਛਤਰੀ ਹੋਰ ਮਿਲ ਜਾਣੀ ਆ ਤੈਨੂੰ ਤਾਂ ਫੇਰ ਉੱਕਾ ਹੀ ਪੁੱਛਣਾ ਨਹੀਂ ਉਧਰ ਪਿੰਦੀ ਦੀ ਜਦ ਵੀ ਮੌਕਾ ਮਿਲਦਾ ਫੋਨ ਰਾਹੀਂ ਇੰਡੀਆ ਤੋਂ ਕਲਾਸ ਲੱਗ ਜਾਂਦੀ ਸੀ ਕੀ ਘਰ ਵਾਲਾ ਤੇਰੇ ਸ਼ਰਾਬੀ ਕਬਾਬੀ ਆ ਆਪਣਾ ਘਰ ਸੰਭਾਲ ਕੇ ਰੱਖੀ ਨਣਦਾ ਨੂੰ ਬਹੁਤਾ ਮੂੰਹ ਨਾ ਲਾਈਂ ਵਾਧੂ ਦੀ ਦਖਲ ਦੇ ਕੇ ਕਲੇਸ਼ ਪਾਉਂਦੀਆਂ ਰਹਿਣਗੀਆਂ ਸਾਨੂੰ ਛੇਤੀ ਸਪੌਂਸਰ ਕਰ ਫਿਰ ਆਪੇ ਆ ਕੇ ਅਸੀਂ ਸੰਭਾਲ ਲਵਾਂਗੇ ਘਰ ਤੋਂ ਰੋਹ ਨਾਲ ਚਲਾਉਣਾ ਇੱਕ ਦਿਨ ਪੀਂਦੀ ਨੇ ਚੁੱਕੀ ਚੁਕਾਈ ਨੇ ਕਹਿ ਦਿੱਤਾ ਕਿ ਤੁਹਾਡੀਆਂ ਭੈਣਾਂ ਜਾਂ ਮਾਂ ਪਿਓ ਮੇਰੀ ਕਿਸੇ ਗੱਲ ਵਿੱਚ ਵਾਧੂ ਦਾ ਦਖਲ ਨਾ ਦੇਣ ਮੈਨੂੰ ਵੀ ਇੰਨੀ ਕੋ ਅਕਲਾ ਤਾਂ ਅਮਰ ਨੇ ਠਾ ਕਰਦਾ ਚਪੇੜ ਕਿ ਤੇਰੀ ਜ਼ਰੂਰਤ ਕਿਵੇਂ ਪਈ ਮੇਰੀ ਭੈਣ ਜਦ ਮੇਰੀ ਮਾਂ ਨੂੰ ਕਹਿਣ ਦੀ ਬਸ ਐਸੇ ਦਿਨ ਪਿੰਦੀ ਦਾ ਆਤਮ ਸਨਮਾਨ ਜ਼ਖਮੀ ਹੋਇਆ ਸੀ ਉਹ ਸੋਚਣ ਲੱਗੀ ਕਿ ਇਹ 2 ਟਕੇ ਦਾ ਬੰਦਾ ਤੇ ਉਹ ਵੀ ਸ਼ਰਾਬੀ ਕਬਾਬੀ ਆਪਣੇ ਆਪ ਨੂੰ ਸਮਝਦਾ ਕੀ ਆ ਸਿਰਫ ਇਹਦੀ ਯੋਗਤਾ ਹੀ ਆ ਕਿ ਮੇਰੇ ਤੋਂ ਪਹਿਲਾਂ ਕਨੇਡਾ ਆਇਆ ਜਿਵੇਂ ਕਨੇਡਾ ਇਹਦੇ ਪਿਓ ਦਾ ਮੁਲਕ ਹੋਵੇ ਜੇ ਮੈਂ ਆਪਣੀ ਆਈ ਤੇ ਆ ਗਈ ਦੋ ਦਿਨਾਂ ਚ ਸਾਰੀਆਂ ਫਿੱਤੀਆਂ ਉਤਰਵਾ ਕੇ ਰੱਖ ਦੋ ਜੋ ਕੈਨੇਡਾ ਵਾਲੇ ਹੋਣ ਦੀਆਂ ਮੋਢਿਆਂ ਤੇ ਸਜਾਈ ਫਿਰਦੇ ਨੇ ਉਹ ਫੱਟੜ ਸੀਣੀ ਵਾਂਗ ਵਿਸ਼ ਘੋਲ ਦੀ ਮੌਕੇ ਦੀ ਤਲਾਸ਼ ਕਰਦੀ ਰਹੀ ਇੱਕ ਦਿਨ ਫੇਰ ਇਸ ਗੱਲੋਂ ਟਕਰਾਰ ਹੋ ਗਿਆ ਕਿ ਮੈਂ ਆਪਣੇ ਮਾਪੇ ਬਾਂ ਨੂੰ ਸਪਾਂਸਰ ਕਰਨਾ ਹੈ ਤਾਂ ਅਮਰ ਅਗੋਂ ਬੁੜਕ ਪਿਆ ਕਿ ਤੂੰ ਇਹ ਗੱਲ ਸੋਚ ਵੀ ਕਿਦਾਂ ਲਈ ਪਿੰਦੀ ਨੇ ਕਿਹਾ ਕਿਉਂ ਮੈਂ ਇਨਸਾਨ ਨਹੀਂ ਮੈਂ ਕੈਨੇਡਾ ਨਹੀਂ ਰਹਿੰਦੀ ਮੈਂ ਕੰਮ ਨਹੀਂ ਕਰਦੀ ਤੇਰੇ ਨਾਲ ਵਿਆਹ ਕਰਵਾਇਆ ਉਹ ਵੀ ਕੀਮਤ ਅਦਾ ਕਰਕੇ ਮੈਂ ਤੇਰੀ ਕੋਈ ਗੁਲਾਮ ਨਹੀਂ ਬਣੀ ਮੇਰੀ ਜ਼ਿੰਦਗੀ ਦੇ ਫੈਸਲੇ ਵੀ ਹੁਣ ਤੂੰ ਕਰੇਂਗਾ ਅਮਰ ਨੇ ਆ ਕੇ ਦੇਖਿਆ ਨਾ ਖੜ ਜਾ ਤੇਰੀ ਕੁੱਤੀ ਜਨਾਨੀ ਦੇ ਕਹਿੰਦਿਆਂ ਹੋਇਆਂ ਸ਼ਰਾਬ ਵਾਲਾ ਗਲਾਸ ਉਹਦੇ ਮੱਥੇ ਵਿੱਚ ਮਾਰਿਆ ਚਾਰ ਪੰਜ ਥੱਪੜ ਜੜ ਦਿੱਤੇ ਜਦੋਂ ਫੇਰ ਵੀ ਠੰਡ ਨਾ ਪਈ ਤਾਂ ਕੋਡਲੈਸ ਉਹਦੇ ਮੂੰਹ ਤੇ ਮਾਰਿਆ ਅਖੇ ਆ ਬੈਲ ਮੁਝੇ ਮਾਰ ਪਿੰਦੀ ਨੇ ਉਸੇ ਫੋਨ ਤੋਂ ਤੁਰੰਤ 911 ਘੁਮਾਇਆ ਗੱਲ ਜੇ ਕੋਈ ਵੀ ਨਹੀਂ ਸੀ ਕੀਤੀ ਕਿ ਅਮਰ ਨੇ ਛਾਲ ਮਾਰ ਕੇ ਉਸ ਨੂੰ ਵਾਲਾਂ ਤੋਂ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਫੋਨ ਬੁੜ ਕੇ ਪਰਾਂ ਜਾ ਡਿ ਗਿਆ ਬਾਕੀ ਦਾ ਚੀਕ ਜਿਹੜਾ ਪੁਲਿਸ ਨੂੰ ਫੋਨ ਤੇ ਹੀ ਸੁਣਿਆ ਮਿੰਟਾਂ ਸਕਿੰਟਾਂ ਚ ਪੁਲਿਸ ਐਂਬੂਲੈਂਸ ਤੇ ਫਾਇਰ ਦੇ ਅਲਾਰਮ ਉਹਨਾਂ ਦੇ ਘਰ ਦੇ ਅੱਗੇ ਵੱਜ ਰਹੇ ਸੀ ਪਿੰਦੀ ਨੇ ਰੋ ਰੋ ਆਪਣੀ ਸਾਰੀ ਕਹਾਣੀ ਦੱਸੀ ਅਮਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਿੰਦੀ ਕਿਤੇ ਹੋਰ ਰਹਿਣ ਲੱਗ ਪਈ ਸੱਸ ਸੋਹਰੇ ਨੇ ਨਾਲ ਰਹਿਣ ਲਈ ਬਥੇਰਾ ਮਨਾਈ ਸੀ ਪਰ ਉਹ ਨਾ ਮੰਨੀ ਪਿੰਦੀ ਨੂੰ ਬੇਸਮੈਂਟ ਉਹਦੇ ਥਾਣੇਦਾਰ ਪਿਓ ਦੇ ਕਹਿਣ ਤੇ ਕਿਸੇ ਵਾਕਿਫ ਨੇ ਦਵਾ ਦਿੱਤੀ ਸੀ ਜੋਬ ਤਾਂ ਉਹ ਕਰਦੀ ਹੀ ਸੀ ਅਸਲ ਵਿੱਚ ਉਹ ਸਰਦੂਲ ਸਿੰਘ ਦੀ ਮਾਸੀ ਦੇ ਭਾਣਜੇ ਦਾ ਘਰ ਸੀ ਪਿੰਦੀ ਨੂੰ ਹੁਣ ਹਰ ਗੱਲ ਵਿੱਚ ਪੂਰੀ ਆਜ਼ਾਦੀ ਮਿਲ ਗਈ ਘਰ ਵਾਲੇ ਉਹਨੂੰ ਪਰਿਵਾਰ ਦਾ ਮੈਂਬਰ ਹੀ ਸਮਝਦੇ ਸੀ ਹਰ ਗੱਲ ਵਿੱਚ ਉਹਦੀ ਮਦਦ ਕਰਦੇ ਸਲਾਹਾਂ ਦਿੰਦੇ ਕਿ ਅਮਰ ਵਰਗੇ ਸ਼ਰਾਬੀ ਬੰਦੇ ਨਾਲ ਤਾਂ ਉਹ ਰਹਿਣ ਦੀ ਗੱਲ ਦਿਮਾਗ ਚੋਂ ਹੀ ਕੱਢ ਦੇਵੇ ਜੋ ਨਾ ਤਾਂ ਅਲਕੋਹਲਿਕ ਹੋਣ ਕਰਕੇ ਕੰਮ ਕਰ ਸਕਦਾ ਉਮਰ ਵਿੱਚ ਉਸ ਤੋਂ ਦੁੱਗਣਾ ਤੇ ਪਹਿਲੀ ਪਤਨੀ ਦੇ ਬੱਚਿਆਂ ਦਾ ਅੱਧਾ ਖਰਚਾ ਵੀ ਉਹਦੇ ਸਿਰ ਤੇ ਪਿਆ ਹੋਇਆ ਉੱਥੇ ਤਾਂ ਉਹਦਾ ਭਵਿੱਖ ਬਿਲਕੁਲ ਵੀ ਸੁਰੱਖਿਤ ਨਹੀਂ ਉਹਨਾਂ ਨੇ ਹੀ ਚੁੱਕ ਝਕਾ ਕੇ ਪਿੰਦੀ ਨੂੰ ਤਲਾਕ ਅਪਲਾਈ ਕਰਨ ਲਈ ਮਨਾ ਲਿਆ ਸੀ ਉਧਰ ਅਮਰ ਦੀ ਸ਼ਰਾਬ ਬੇहद ਵੱਧ ਗਈ ਸੀ ਤੇ ਇਸ ਰਿਸ਼ਤੇ ਦਾ ਭੋਗ ਪੈਂਦਿਆਂ ਕੋਈ ਬਹੁਤਾ ਸਮਾਂ ਨਾ ਲੱਗਿਆ ਪੀਂਦੀ ਨੂੰ ਤਲਾਕ ਦਾ ਸਰਟੀਫਿਕੇਟ ਮਿਲਣ ਦੀ ਦੇਰ ਸੀ ਕਿ ਉਸ ਨੂੰ ਨਵੇਂ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਇਸ ਕਲੇਸ਼ ਦੌਰਾਨ ਉਹਦੀ ਸਭ ਤੋਂ ਵੱਧ ਮਦਦ ਕਰਨ ਵਾਲੀ ਉਹਦੇ ਡੈਡੀ ਜੀ ਦੀ ਮਾਸੀ ਨੇ ਹੀ ਸਭ ਤੋਂ ਪਹਿਲਾਂ ਆਪਣੇ ਘਰ ਵਾਲੇ ਦੇ ਭਤੀਜੇ ਨਾਲ ਵਿਆਹ ਕਰਾਉਣ ਲਈ ਜਿੱਦ ਵੜ ਲਈ ਉਦੋਂ ਸਰਦੂਲ ਸਿੰਘ ਵੀ ਕਹਿਣ ਲੱਗਿਆ ਹੁਣ ਔਖੇ ਵੇਲੇ ਮਾਸੀ ਨੇ ਐਨੀ ਮਦਦ ਕੀਤੀ ਆ ਜਵਾਬ ਕਿਵੇਂ ਦੇ ਸਕਦੇ ਆ ਉਹਦਾ ਵੀ ਜਾਣ ਪਹਿਚਾਨ ਆ ਨਹੀਂ ਤਾਂ ਤਲਾਕਸ਼ੋਦਾ ਔਰਤ ਨਾਲ ਕੈਨੇਡਾ ਦੇ ਲਾਲਚ ਨੂੰ ਵਿਆਹ ਕਰਾਉਣ ਲਈ ਤਾਂ ਹਰ ਇੱਕ ਤਿਆਰ ਆ ਪਰ ਬਾਅਦ ਵਿੱਚ ਮਤਲਬ ਨਿਕਲੇ ਤੋਂ ਰੌਲਾ ਪਾ ਲੈਂਦੇ ਨੇ ਪਤਾ ਨਹੀਂ ਪਿੰਦੀ ਨੂੰ ਕਿਉਂ ਲੱਗਦਾ ਸੀ ਕਿ ਮਾਸੀ ਨੇ ਉਹਦੀ ਮਦਦ ਕੀਤੀ ਹੀ ਤਾਂ ਹੈ ਕਿ ਉਹ ਆਪਣੇ ਮੁੰਡੇ ਦਾ ਸਾਥ ਕਰਵਾ ਕੇ ਆਪਣੇ ਸਹੁਰਿਆਂ ਤੇ ਰੋਹ ਪਾ ਸਕੇ ਪਿੰਦੀ ਦਾ ਇਹ ਵੀ ਚਾਹੁੰਦੀ ਸੀ ਕਿ ਇੰਡੀਆ ਜਾ ਕੇ ਆਪਣਾ ਮਨਪਸੰਦ ਦਾ ਮੁੰਡਾ ਚੁਣ ਕੇ ਲਿਆਵੇ ਪਰ ਆਪਣੇ ਪਿਓ ਨੂੰ ਜਵਾਬ ਨਾ ਦੇ ਸਕੇ ਜੋਤੀ ਨੂੰ ਦੁਬਾਰਾ ਮੁਫਤੋ ਮੁਫਤੀ ਵਿਆਹ ਕਰਵਾ ਕੇ ਬਸਾਉਣਾ ਚਾਹੁੰਦਾ ਸੀ ਕੁਝ ਕੁ ਨਾ ਨੁੱਕਰ ਕਰਨ ਤੋਂ ਬਾਅਦ ਹੀ ਪਿੰਦੀ ਨੇ ਪਿਓ ਸਾਹਮਣੇ ਹਥਿਆਰ ਸੁੱਟ ਦਿੱਤੇ ਤੇ ਸਰਦੋਲ ਸਿੰਘ ਨੇ ਵੀ ਮਾਸੀ ਨੂੰ ਨਿਸੰਗ ਹੋ ਕੇ ਕਹਿ ਦਿੱਤਾ ਕਿ ਵਿਆਹ ਦਾ ਸਾਰਾ ਖਰਚਾ ਮੁੰਡੇ ਵਾਲੇ ਕਰਨ ਪਿੰਡੀ ਦੇ ਇੰਡੀਆ ਆਉਣ ਜਾਣ ਦਾ ਖਰਚਾ ਦੇਣ ਜੋ ਮੰਨ ਗਏ ਕਿਉਂਕਿ 10-15 ਲੱਖ ਖਰਚ ਕੇ ਮੁੰਡੇ ਨੂੰ ਕੱਚਾ ਕੈਨੇਡਾ ਭੇਜਣ ਨਾਲੋਂ ਇਹ ਸੌਦਾ ਸਸਤਾ ਸੀ ਹਾਂ ਹੋਣ ਦੀ ਧੀਰ ਸੀ ਹੁਣ ਮਾਸੀ ਨੇ ਮੁੰਡੇ ਦੀਆਂ ਸਿਫਤਾਂ ਦੇ ਪੁੱਲ ਬੰਨਣੇ ਸ਼ੁਰੂ ਕਰ ਦਿੱਤੇ ਕਿ ਅਮਰਜੀਤ ਦੀ ਐਮਐਸਏ ਕੀਤੀ ਹੋਈ ਆ ਕੋਈ ਨਸ਼ਾ ਪਤਾ ਨਹੀਂ ਖਾਂਦਾ ਬੜਾ ਲੈਕ ਮੁੰਡਾ ਸਰਦੂਲ ਸਿੰਘ ਮੁੰਡਾ ਦੇਖਣ ਗਿਆ ਵਾਕਈ ਮੁੰਡਾ ਠੀਕ ਸੀ 6 ਫੁੱਟ ਲੰਮਾ ਕੱਦ ਗੋਰਾ ਸੋਹਣਾ ਸੁਨਖਾ ਪਿੰਡੀ ਤੋਂ ਸਿਰਫ 3 ਸਾਲ ਵੱਡਾ ਮੁੰਡੇ ਨੂੰ 5 ਏਕੜ ਜ਼ਮੀਨ ਆਉਂਦੀ ਸੀ ਬਾਹਰ ਖੇਤਾਂ ਵਿੱਚ ਘਰ ਸੀ ਹੋਰ ਕੀ ਚਾਹੀਦਾ ਸੀ ਉਹਨਾਂ ਨੇ ਪਿੰਡੀ ਨੂੰ ਫੋਨ ਕਰਕੇ ਸ਼ਗਨ ਪਾ ਦਿੱਤਾ ਤੇ ਛੇਤੀ ਆਉਣ ਲਈ ਕਿਹਾ ਇਹਨਾਂ ਦਿਨਾਂ ਵਿੱਚ ਸਰਦਾਰਾ ਸਿੰਘ ਦੇ ਪਰਿਵਾਰ ਨੇ ਸਰਦੂਲ ਸਿੰਘ ਦੀ ਰਾਜਕੀ ਸੇਵਾ ਕੀਤੀ ਜਿਉਂ ਹੀ ਅਧਿਕਾਰ ਆ ਕੇ ਰੁਕਦੀ ਥਾਣੇਦਾਰ ਸਾਹਿਬ ਥਾਣੇਦਾਰ ਸਾਹਿਬ ਹੁੰਦੀ ਬੋਤਲਾਂ ਖੁੱਲ ਜਾਂਦੀਆਂ ਮੁਰਗੇ ਰੀਨੇ ਜਾਂਦੇ ਹਮਰਜੀਤ ਵਾਰ-ਵਾਰ ਗੋਡੇ ਚੋਂਦਾ ਸਰਦੂਲ ਸਿੰਘ ਪਿੰਦੀ ਨੂੰ ਫੋਨ ਤੇ ਹਰ ਵਾਰ ਆਖਦਾ ਕਿ ਇਹੋ ਜਿਹਾ ਮੁੰਡਾ ਤਾਂ ਕਿਸਮਤ ਵਾਲਿਆਂ ਨੂੰ ਮਿਲਦਾ ਫਿਰ ਇੱਕ ਦਿਨ ਪਿੰਦੀ ਕੈਨੇਡਾ ਤੋਂ ਭਾਰਤ ਆਈ ਦੋਹਾਂ ਦਾ ਵਿਆਹ ਹੋਇਆ ਵਿਆਹ ਤੋਂ ਬਾਅਦ ਦਾ ਸਮਾਂ ਬੜਾ ਰੰਗ ਰੰਗინੀਆਂ ਭਰਿਆ ਬੀਤਿਆ ਜਾਨਸਰ ਪਿੰਦੀ ਨੇ ਆਪਣੇ ਘਰ ਵਾਲੇ ਦੇ ਪੇਪਰ ਭਰ ਦਿੱਤੇ ਨਵੇਂ ਕਾਨੂੰਨ ਅਨੁਸਾਰ ਮੈਡੀਕਲ ਤੇ ਇੰਟਰਵਿਊ ਉਪਰੰਤ ਅਮਰਜੀਤ ਕਨੇਡਾ ਪਹੁੰਚ ਗਿਆ ਮਾਸੀ ਮਾਸੜ ਨੇ ਦੋਹਾਂ ਦੀ ਮਦਦ ਵੀ ਕੀਤੀ ਤੇ ਵੱਖਰੀ ਬੇਸਮੈਂਟ ਵੀ ਲੱਭ ਦਿੱਤੀ ਦੋਹਾਂ ਨੂੰ ਚੰਗੇ ਕੰਮ ਵੀ ਮਿਲ ਗਏ ਗੱਡੀ ਚੰਗੀ ਰੜਪਈ ਸੀ ਹੁਣ ਵਾਰੀ ਆਈ ਮਾਪਿਆਂ ਨੂੰ ਸਪੌਂਸਰ ਕਰਨ ਦੀ ਪਿੰਦੀ ਦੀ ਜਿੱਦ ਸੀ ਕਿ ਪਹਿਲਾਂ ਉਹ ਸਪੌਂਸਰ ਕਰੇਗੀ ਕਿਉਂਕਿ ਕਨੇਡਾ ਵੀ ਪਹਿਲਾਂ ਉਹੀ ਆਈ ਸੀ ਅਮਰਜੀਤ ਮੰਨ ਗਿਆ ਤੇ ਦੋਹਾਂ ਨੇ ਰਲ ਕੇ ਪਿੰਦੀ ਦੇ ਪਰਿਵਾਰ ਨੂੰ ਸਪான்ਸਰ ਕਰ ਦਿੱਤਾ ਕੈਨੇਡਾ 'ਚ ਵਸੇ ਪੰਜਾਬੀ ਪਰਿਵਾਰਾਂ ਦੇ ਘਰਾਂ ਅੰਦਰ ਮਹਾਭਾਰਤ ਇੱਥੋਂ ਸ਼ੁਰੂ ਹੁੰਦੀ ਆ 2 ਸਾਲ ਦੀ ਉਡੀਕ ਤੋਂ ਬਾਅਦ ਜਦੋਂ ਪਿੰਦੀ ਦਾ ਪਰਿਵਾਰ ਕੈਨੇਡਾ ਆ ਗਿਆ ਤਾਂ ਪਰਿਵਾਰਿਕ ਯੁੱਧ ਦੀ ਧੂੜ ਹੋਰ ਸੰਘਣੀ ਹੋਣ ਲੱਗੀ ਹੁਣ ਪਿੰਦੀ ਲਈ ਸਾਰਾ ਕੁਝ ਆਪਣੇ ਮਾਪੇ ਸਨ ਉਹ ਹਰ ਰੋਜ਼ ਉਹਨਾਂ ਨੂੰ ਕਮਾਉਣ ਦੀ ફરਉਂਦੀ ਸਟੋਰਾਂ ਵਿੱਚ ਨਾਲ ਲੈ ਕੇ ਫਿਰਦੀ। ਅਮਰਜੀਤ ਲਈ ਤਾਂ ਜਿਵੇਂ ਉਸ ਕੋਲ ਸਮਾਂ ਹੀ ਨਹੀਂ ਸੀ। ਜਿਉਂ-ਜਿਉਂ ਅਮਰਜੀਤ ਦੇ ਕਨੇਡਾ ਵਾਲੇ ਚਾਹ ਫਿੱਕੇ ਪੈਣ ਲੱਗੇ, ਤਿਉ ਤਿਉ ਪਿੰਦੀ ਨੇ ਨਾਜ ਨਖਰੇ ਵੀ ਬਦਲਣ ਲੱਗੇ। ਅਮਰਜੀਤ ਨੇ ਹੁਣ ਸੋਹਰਾ ਸਾਹਿਬ ਦੇ ਗੋਡੇ ਛੋਣੇ ਵੀ ਬੰਦ ਕਰ ਦਿੱਤੇ ਸੀ। दारू ਵੀ ਪੁੱਛਣੋਂ हट ਗਿਆ ਸੀ। ਹੋਰ ਤਾਂ ਹੋਰ ਉਹ ਕੰਮ ਤੋਂ ਆ ਕੇ ਚੁੱਪਚੀਤੇ ਆਪਣੇ ਬੈੱਡਰੂਮ ਵਿੱਚ ਜਾ ਵੜਦਾ। ਸਰਦੂਲ ਸਿੰਘ ਨੂੰ ਜਵਾਈ ਦੀ ਇਹ ਗੱਲ ਚੰਗੇ ਨਹੀਂ ਸੀ ਲੱਗੀ। ਉਹਨੂੰ ਤਾਂ ਆਪਣੀ ਪਹਿਲਾ ਵਰਗੀ ਆਉ ਭਗਤ ਚਾਹੀਦੀ ਸੀ। ਪਰ ਉਹਦੀ ਜਗ੍ਹਾ ਬਗਾਵਤ ਦੀ ਬੋ ਕਾਰਨ ਉਹਦਾ ਦਮ ਘੁੱਟਣ ਲੱਗਿਆ। ਉਹ ਆਨੀ ਬਹਾਨੀ ਧੀਏ ਗੱਲ ਸੁਣ ਨੋਹੇ ਕੰਨ ਕਰ ਵਾਲੀ ਪਾਲਿਸੀ ਤੇ ਟਕੋਰਾ ਕਰਦਾ। ਕਿ ਕੈਨੇਡਾ ਦਾ ਤਾਂ ਪਾਣੀ ਹੀ ਚੰਦਰਾ ਇੱਥੇ ਆ ਕੇ ਸਾਰੇ ਬਦਲ ਜਾਂਦੇ ਨੇ। ਹੋਰ ਤਾਂ ਹੋਰ ਧਾਲਾਂ ਸਬਜ਼ੀਆਂ ਦਾ ਵੀ ਸਵਾਦ ਵੀ ਉਹ ਨਹੀਂ ਰਹਿੰਦਾ। ਇੰਡੀਆ 'ਚ ਬਣਿਆ ਮੀਟ ਮੋਹ ਨਹੀਂ ਸੀ ਲੈਂਦਾ ਇੱਥੇ ਆਲੂਆਂ ਤੋਂ ਵੀ ਭੈੜਾ ਲੱਗਦਾ ਕਿਸੇ ਵੀ ਚੀਜ਼ ਵਿੱਚ ਉਹ ਸੁਗੰਧ ਨਹੀਂ ਰਿਸ਼ਤਿਆਂ ਵਿੱਚ ਫਿਰ ਨਿੱਗ ਕਿੱਥੋਂ ਆਊਗਾ ਇੱਕ ਦਿਨ ਅਮਰਜੀਤ ਨੂੰ ਸੁਣਾ ਕੇ ਕਹਿਣ ਲੱਗਿਆ ਕਿ ਕਾਹਦਾ ਕੈਨੇਡਾ ਮੈਂ ਤਾਂ ਆ ਕੇ ਫਸ ਗਿਆ ਇੰਡੀਆ 'ਚ 20 ਸਾਲ ਨੌਕਰੀ ਕੀਤੀ ਆ ਕਦੇ ਨਾਗਾ ਨਹੀਂ ਸੀ ਪਿਆ ਇੱਥੇ ਤਾਂ ਉਹ ਵੀ ਨਹੀਂ ਜੁੜਦੀ ਅਮਰਜੀਤ ਕਹਿਣਾ ਤਾਂ ਚਾਹੁੰਦਾ ਸੀ ਕਿ ਠਾਣੇਦਾਰ ਸਾਹਿਬ ਸਾਹਿਬ ਇੱਥੇ ਹੱਕ ਹਲਾਲ ਦੀ ਕਮਾਈ ਨਾਲ ਤਾਂ ਘਰ ਦਮ ਤੋਰਾ ਮਜ਼ਾ ਧੁਰਦਾ ਉਹ ਹਰਾਮ ਦੀ ਕਮਾਈ ਵਾਲੀ ਐਸ਼ ਵਾਲਾ ਸਿਲਸਿਲਾ ਇੱਥੇ ਨਹੀਂ ਚੱਲਣਾ ਪਰ ਉਹ ਕਹਿ ਨਾ ਸਕਿਆ ਪੀਂਦੀ ਨੇ ਜ਼ਰੂਰ ਆਖਿਆ ਕਿ ਡੈਡੀ ਜੀ ਤੁਸੀਂ ਕੋਈ ਕੰਮ ਲੱਭੋ ਇਹ दारू ਦੀ ਆਦਤ ਨਹੀਂ ਚੱਲਣੀ ਇੱਥੇ ਤਾਂ ਅੱਗੋ ਸਰਦੂਲ ਸਿੰਘ ਨੂੰ ਥਾਣੇਦਾਰੀ ਤਾ ਚੜ ਗਿਆ ਕਿ ਅੱਛਾ ਹੁਣ ਥੋਨੋਂ ਮੇਰੀ ਦੋ ਘੁੱਟ ਦਾਰੂ ਵੀ ਚੁੱਭਣ ਲੱਗ ਪਈ ਇੰਡੀਆ ਮੇਰੇ ਅੱਗੇ ਕੋਈ ਚੁਸਕਿਆ ਨਹੀਂ ਸੀ ਹੁਣ ਤੋਂ ਮੇਰੀ ਕੁੜੀ ਵੀ ਮੈਨੂੰ ਮਤਾਂ ਦੇਣ ਲੱਗ ਪਈ ਉਹਨੇ ਤਾਂ ਇੱਥੋਂ ਤੱਕ ਵੀ ਆਖ ਦਿੱਤਾ ਕਿ ਤੈਨੂੰ ਪੜਾ ਲਿਖਾ ਕੇ ਕੈਨੇਡਾ ਭੇਜਿਆ ਵਿਆਹ ਕੀਤਾ ਕਿ ਚੱਲ 4 ਦਿਨ ਸੁਖ ਦੇ ਦੇਖਾਂਗੇ ਜੇ ਨਹੀਂ ਸੰਭਾਲ ਹੁੰਦਾ ਤਾਂ ਸਾਨੂੰ ਇੰਡੀਆ ਚੜਾ ਦਿਓ ਮੈਂ ਤਾਂ ਇਹ ਪੰਗਾ ਤੇਰੇ ਛੋਟੇ ਭਰਾ ਕਰਕੇ ਲਿਆ ਸੀ ਕਿ ਚਲੋ ਬਾਹਰ ਨਿਕਲ ਜਾਵੇਗਾ ਨਹੀਂ ਤਾਂ ਉੱਥੇ ਬਥੇਰੇ ਸੌਖਾ ਸੀ ਪਿਓ ਤੋਂ ਹੋਈ ਬੇਇੱਜ਼ਤੀ ਦਾ ਬਦਲਾ ਪਿੰਦੀ ਨੇ ਅਮਰਜੀਤ ਤੋਲਿਆ ਕਿ ਤੂੰ ਮੇਰੇ ਡੈਡੀ ਨੂੰ ਨਹੀਂ ਪੁੱਛਦਾ ਕਿ ਚਾਚੇ ਨਾਲ ਨਹੀਂ ਬੁਲਾਉਂਦਾ ਤਾਂ ਲੜਾਈ ਹੋਈ ਆ ਉਹ ਤਾਂ ਇਹ ਵੀ ਕਹੇਗੀ ਕਿ ਤੂੰ ਕੈਨੇਡਾ ਦੇ ਲਾਲਚ ਨੂੰ ਵਿਆਹ ਕਰਵਾਇਆ ਸੀ ਜਦੋਂ ਮਤਲਬ ਸੀ ਤਾਂ ਇਹ ਡੈਡੀ ਠਾਣੇਦਾਰ ਸਾਹਿਬ ਲੱਗਦੇ ਸੀ ਤੇ ਗੋਡੀ ਹੱਥ ਲਾਉਂਦਾ ਸੀ ਹੁਣ ਕਲਾਮ ਕਰਕੇ ਵੀ ਰਾਜੀ ਨਹੀਂ ਇਹ ਇਹ ਸਿਲਸਿਲਾ ਰੋਜ਼ ਵਧਣ ਲੱਗਿਆ ਸੀ ਇੰਡੀਅਨ ਮਾਲਕ ਮਕਾਨ ਨੂੰ ਵੀ ਥੋੜੀ ਭਿੰਨਕ ਪੈਣ ਲੱਗੀ ਕਿ ਕੁਝ ਗੜਬੜਾ ਤਾ ਉਹਨਾਂ ਨੂੰ ਬੇਸਮੈਂਟ ਛੱਡ ਕੇ ਅਪਾਰਟਮੈਂਟ ਲੈ ਲਿਆ। ਉਹਤੇ ਜਾ ਕੇ ਲੜਾਈ ਘਟਣ ਦੀ ਬਜਾਏ ਸਗੋਂ ਹੋਰ ਵੱਧ ਗਈ। ਜਿਉਂ-ਜਿਉਂ ਪਿੰਧੀ ਸਾਰੀ ਲੜਾਈ ਦਾ ਭਾਂਡਾ ਅਮਰਜੀਤ ਦੇ ਸਿਰ ਭੰਨਣ ਲੱਗੀ। ਅੱਗੇ ਤੋਂ ਉਹ ਵੀ ਬੋਲਣ ਲੱਗ ਪਿਆ। ਪਿੰਦੀ ਦੇ ਪਿਓ ਨੂੰ ਉਹ ਲੜਾਈ ਦੀ ਜੜ ਕਹਿੰਦਾ। ਤੇ ਉਹਦੀ ਮਾਂ ਨੂੰ ਫਫੇ ਕੁੱਟਣੀ ਔਰਤ ਜੋ ਆਪਣੇ ਪੁੱਤ ਤੇ ਜਵਾਈ ਵਿੱਚ ਬਹੁਤ ਫਰਕ ਰੱਖਦੀ। ਪਰ ਜ਼ੁਬਾਨ ਤੋਂ ਪਤਾ ਨਾ ਲੱਗਣ ਦਿੰਦੀ। ਕਹਿੰਦੀ ਅਮਰਜੀਤ ਨੂੰ ਆਖਦੀ ਕਿ ਤੂੰ ਮੇਰੇ ਤੋਂ ਛੱਡਦਾ ਏ ਮੇਰੇ ਪਰਿਵਾਰ ਦੀ ਖੁਸ਼ੀ ਨਹੀਂ ਦੇਖ ਸਕਦਾ ਅਮਰਜੀਤ ਉਹਨੂੰ ਕਹਿੰਦਾ ਹੈ ਕਿ ਹੁਣ ਤੂੰ ਮੇਰੇ ਨਾਲ ਵਿਆਹੀ ਹੈ ਪੇਕਿਆਂ ਦਾ ਸਬੰਧ ਘਟਾ ਤੇ ਮੇਰੇ ਲਈ ਸਮਾਂ ਕੱਢ ਪਰ ਉਹ ਅੱਗੂ ਕਹਿੰਦੀ ਇੱਥੇ ਸਾਰੇ ਬਰਾਬਰ ਨੇ ਜੇ ਤੇਰੇ ਮਾਪੇ ਤੇਰੇ ਕੋਲ ਆ ਕੇ ਰਹਿਣਗੇ ਤਾਂ ਮੇਰੇ ਵੀ ਮੇਰੇ ਕੋਲ ਆ ਕੇ ਰਹਿਣਗੇ ਉਹਦੇ ਕੱਬੇ ਸੁਭਾ ਸਾਹਮਣੇ ਅਮਰਜੀਤ ਹਥਿਆਰ ਛੁੱਟ ਦਿੰਦਾ ਸ਼ਰਾਬ ਦੇ 2-3 ਗਲਾਸ ਚੜਾ ਕੇ ਸੋ ਜਾਂਦਾ ਹੁਣ ਘਰ ਵਿੱਚ 2 ਟੀਰਾ ਬਣ ਗਏ ਆ ਇੱਕ ਕਮਰੇ ਵਿੱਚ ਪਿੰਦੀ ਤੇ ਅਮਰਜੀਤ ਦੂਜੇ ਰੂਮ ਵਿੱਚ ਸਰਦੂਲ ਤੇ ਉਹਦਾ ਪੁੱਤ ਮਾ ਦੀ ਮੈਟ੍ਰਸ ਲਿਵਿੰਗ ਰੂਮ ਵਿੱਚ ਖਈ ਵਾਰੀ ਨਸ਼ੇ ਦੀ ਲੋਰ ਚ ਸਰਦੂਲ ਸਿੰਘ ਆਖਦਾ ਹੁਣ ਵੇਖ ਲੈ ਕੈਨੇਡਾ ਦੇ ਰੰਗ ਬੈੱਡ ਤੇ ਪੈਣਾ ਵੀ ਨਸੀਬ ਨਹੀਂ ਹੁੰਦਾ ਵੱਡੀ ઠાਣੇਦਾਰ ਨਹੀਂ ਨੂੰ ਐਸੀ ਲੜਾਈ ਝਗੜੇ ਚ ਪਿੰਦੀ ਦੇ ਕੁੜੀ ਵੀ ਹੋ ਗਈ ਉਹ ਜਨੇਪਾ ਛੁੱਟੀ ਤੇ ਕਰ ਰਹਿਣ ਲੱਗ ਪਈ ਆਮਦਨ ਘਟ ਗਈ ਖਰਚੇ ਵਧਣ ਦੇ ਨਾਲ ਕਲੇਸ਼ ਵੀ ਵੱਧ ਗਿਆ ਸੀ ਜਿਉਂ-ਜਿਉਂ ਕਲੇਸ਼ ਵੱਧ ਰਿਹਾ ਸੀ ਅਮਰਜੀਤ ਦੇ ਗਲਾਸ ਵਿੱਚ ਪੈਣ ਵਾਲੀ ਸ਼ਰਾਬ ਵੱਧ ਰਹੀ ਸੀ ਉਧਰ ਸਰਦੂਲ ਸਿੰਘ ਲਿਵਿੰਗ ਰੂਮ ਵਿੱਚ ਬੈਠਾ ਟੀਵੀ ਦੇਖਦਾ ਸ਼ਰਾਬ ਪੀਂਦਾ ਰਹਿੰਦਾ ਉਧਰ ਅਮਰਜੀਤ ਆਪਣੇ ਕਮਰੇ ਵਿੱਚ ਦੋਹਾਂ ਵਿੱਚ ਤਣਾਅ ਵੱਧਦਾ ਹੀ ਜਾ ਰਿਹਾ ਸੀ ਹੁਣ ਤਾਂ ਉਹਨਾਂ ਕਦੇ ਇਕੱਠਿਆਂ ਬੈਠ ਕੇ ਰੋਟੀ ਵੀ ਨਹੀਂ ਖਾਦੀ ਸੋਰੀ ਜਵਾਈ ਵਾਲਾ ਰਿਸ਼ਤਾ ਦਿਨੋਂ ਦਿਨ ਛਿਦਣ ਲੱਗਿਆ ਸੀ। ਦੋਵੇਂ ਗੱਲੀ ਬਾਤੀ ਇੱਕ ਦੂਜੇ ਨੂੰ ਨੀਵਾ ਦਿਖਾਉਂਦੇ ਰਹਿੰਦੇ। ਜਦੋਂ ਅਮਰਜੀਤ ਆ ਕੇ ਕਮਰੇ 'ਚ ਬੈਠਦਾ ਤਾਂ ਪਿੰਦੀ ਆਪਣੇ ਮੰਮੀ ਡੈਡੀ ਤੇ ਭਰਾ ਨਾਲ ਹਾਸੇ ਦੀਆਂ ਫੁੱਲ ਜੜੀਆਂ ਬਖੇਰ ਦੀ ਗੱਲਾਂ ਮਾਰਦੀ। ਉਹ ਆਪਣੇ ਪਿੰਡ ਦੀਆਂ ਰਿਸ਼ਤੇਦਾਰੀ ਦੀਆਂ ਫਿਲਮਾਂ ਦੀਆਂ ਗੱਲਾਂ ਕਰਦੀ। ਅੱਧੀ ਰਾਤ ਤੱਕ ਹਾ ਹਾ ਹੀ ਹੀ ਠਾ ਕੇ ਗੂੰਜਦੇ। ਉਹਦਾਂ ਅਮਰਜੀਤ ਨੂੰ ਇੱਕ ਚੜਦੀ ਤੇ ਇੱਕ ਉਤਰਦੀ। ਅਮਰਜੀਤ ਕੋਲ ਜਾਂਦੀ ਨੂੰ ਤਿੰਨ ਦਿਨ ਨੂੰ ਸਾਬਸੂੰਂਗ ਜਾਂਦਾ ਮੱਥੇ ਦੀ ਤਿਉੜੀ ਹੋਰ ਗੁੜੀ ਹੋ ਜਾਂਦੀ ਜੇ ਅਮਰਜੀਤ ਇਸ ਤੇ ਇਤਰਾਜ਼ ਕਰਦਾ ਤਾਂ ਟੁੱਟ ਕੇ ਪੈਂਦੀ ਕਿ ਸਾਡੀ ਖੁਸ਼ੀ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੁੰਦੀ ਜੇ ਨਹੀਂ ਜਰ ਹੁੰਦਾ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਦੋ ਮੇਰੇ ਮਾਪੇ ਹੋਰ ਹੁਣ ਕਿੱਥੇ ਜਾਣਗੇ ਉਹ ਵਾਧੂ ਦਾ ਕਲੇਸ਼ ਖੜਾ ਕਰ ਲੈਂਦੀ ਇਹੋ ਜੀ ਔਰਤ ਨੂੰ ਬੁਲਾਣਾ ਚਿੱਕੜ ਵਿੱਚ ਇੱਟ ਮਾਰਨ ਵਾਲੀ ਗੱਲ ਆ ਇਹ ਸੋਚ ਕੇ ਅਮਰਜੀਤ ਇੱਕ ਦੋ ਗਲਾਸ ਹੋਰ ਚੜਾ ਜਾਂਦਾ ਇੱਕ ਦਿਨ ਸਾਰਾ ਪਰਿਵਾਰ ਬੈਠਾ ਸਲਾਹਾਂ ਕਰ ਰਿਹਾ ਸੀ ਕਿ ਅਗਲੇ ਸਾਲ ਉਹ ਮੁੰਡਾ ਵਿਆਹਣ ਜਾਣਗੇ ਅਮੀਰ ਘਰ ਦੀ ਸੋਹਣੀ ਸੁਨੱਖੀ ਕੁੜੀ ਲੱਭਣਗੇ ਜੋ ਬਿਲਕੁਲ ਇਕੱਲੀ ਹੋਵੇ ਸਪான்ਸਰ ਕਰਨ ਵਾਲਾ ਕੋਈ ਹੋਵੇ ਹੀ ਨਾ ਤੇ ਪ੍ਰਾਪਰਟੀ ਸਾਰੀ ਆਪਣੇ ਸੋਨੂ ਨੂੰ ਆ ਜਾਵੇ ਉਹ ਤਾਂ ਇਹ ਵੀ ਕਹਿ ਰਹੇ ਸੀ ਕਿ ਜੋ ਦਾਜ ਵਿੱਚ 15-20 ਲੱਖ ਮਿਲੇਗਾ ਉਸੇ ਦੇ ਡਾਲਰ ਬਣਾ ਕੇ ਉਹ ਨਵਾਂ ਘਰ ਖਰੀਦ ਲੈਣਗੇ ਅਮਰਜੀਤ ਨੇ ਜਦੋਂ ਕਿਹਾ ਕਿ ਇਹ ਤਾਂ ਸੌਦੇਬਾਜ਼ੀ ਆ ਤਾਂ ਪਿੰਦੀ ਬੋਲੀ ਇੱਥੇ ਸਾਰੇ ਹੀ ਕਰਦੇ ਨੇ ਕੈਨੇਡਾ ਤੋ ਜਾਣਾ ਹੈ ਮੁੰਡੇ ਨੇ ਨਾਲੇ ਜੇ ਅਗਲੇ ਦੇ 4 ਪੈਸੇ ਖਰਚ ਹੋਣਗੇ ਤਾਂ ਹੀ ਪਰੋਣੇ ਦੀ ਇੱਜ਼ਤ ਕਰੂ ਤੇ ਕੁੜੀ ਨੂੰ ਵੀ ਘਰ ਆਪਣਾ ਆਪਣਾ ਲੱਗੂ ਤਾਂ ਅਗੋ ਅਮਰਜੀਤ ਬੋਲਿਆ ਕਹਿ ਦੇਣਾ ਸੀ ਆਪਣੇ ਬਾਪ ਨੂੰ ਕਿ ਮੈਨੂੰ ਵੀ ਕੁਝ ਦੇ ਦਿੰਦਾ ਤੈਨੂੰ ਵੀ ਸਹੁਰਾ ਘਰ ਆਪਣਾ ਆਪਣਾ ਲੱਗਣ ਲੱਗ ਜਾਂਦਾ ਹੁਣ ਤੱਕ ਤਾਂ ਪੇਕਾ ਘਾਰੀ ਤੇਰਾ ਸਭ ਕੁਝ ਬੱਸ ਐਨਾ ਕਹਿਣ ਦੀ ਲੋੜ ਸੀ ਫਿਰ ਹੋ ਗਈ ਮਹਾਭਾਰਤ ਸ਼ੁਰੂ ਪਿੰਦੀ ਕਹਿਣ ਲੱਗੀ ਇਹ ਤਾਂ ਮਾਸੀ ਕਰਕੇ ਹੋ ਗਿਆ ਰਿਸ਼ਤਾ ਤੂੰ ਸ਼ੁਕਰ ਕਰ ਨਹੀਂ ਤਾਂ ਤੇਰੇ ਵਰਗੇ ਵੀ ਵੀ ਲੱਗ ਚੁੱਕੇ ਤੁਰੇ ਫਿਰਦੇ ਨੇ ਹੁਣ ਬੋਲਣ ਜੋਗਾ ਕੀ ਆ ਕੈਨੇਡਾ ਵੀ ਤੈਨੂੰ ਅਸੀਂ ਹੀ ਦਿਖਾਇਆ ਇਹ ਮੇਰੇ ਹੀ ਪਿਓ ਦਾ एहसान ਆ ਜਿਸ ਨੇ ਤੈਨੂੰ ਹਾਂ ਕੀਤੀ ਸੀ ਉਦੋਂ ਤਾਂ ਕੈਨੇਡਾ ਦੇ ਨਾਮ ਨੂੰ ਤੇਰੇ ਮੂੰਹ ਵਿੱਚ ਜ਼ੁਬਾਨ ਨਹੀਂ ਸੀ ਵਾਕਈ ਅਮਰਜੀਤ ਤਾਰਸ ਦਾ ਪਾਤਰ ਬਣ ਕੇ ਰਹਿ ਗਿਆ ਸੀ ਘਰ ਵਿੱਚ ਦੋਰਾ ਮਾਹੌਲ ਸੀ सोनू ਘਰ ਆਵੇ ਤਾਂ ਪਿੰਦੀ ਭੱਜ ਕੇ ਉਸ ਲਈ ਜੂਸ ਲੈ ਕੇ ਆਵੇ ਮਾਂ ਤਾਜ਼ਾ ਤਾਜ਼ਾ ਫੁੱਲ ਕਾ ਬਣਾ ਕੇ ਪੁੱਤ ਨੂੰ ਦੇਵੇ ਸਰਦੂਲ ਦੇ ਚਿਹਰੇ ਤੇ ਮੁਸਕਾਨ ਬिखर ਜਾਵੇ ਪਰ ਜਦੋਂ ਅਮਰਜੀਤ ਘਰ ਆ ਜਾਵੇ ਤਾਂ ਨਾ ਪਿੰਦੀ ਨੂੰ ਪੁੱਛਣ ਦਾ ਸਮਾਂ ਨਾ ਕਿਸੇ ਹੋਰ ਨੂੰ ਜੇ ਉਹ ਕਦੀ ਪੁੱਛ ਵੀ ਲੈਂਦਾ ਕਿ ਚਾਹ ਬਣੀ ਐ ਤਾਂ ਪਿੰਦੀ ਦੀ ਮਾਂ ਆਖਦੀ ਇੱਥੇ ਕਿਹੜਾ ਭਾਲਣ ਡੋਣਾ 4 ਕੱਪ ਪਾਣੀ ਪਾ ਤੇ ਧਰ ਦੇ ਨਾਲੇ ਅਸੀਂ ਵੀ ਪੀ ਲਵਾਂਗੇ ਇੱਥੇ ਤਾਂ ਬੰਦੇ ਵੀ ਘਰ ਦਾ ਕੰਮ ਕਰਦੇ ਨੇ ਨਾਲੇ ਜਮਾਈ ਭਾਈ ਤਾਂ ਇੰਡੀਆ 'ਚ ਹੁੰਦਾ ਕੈਨੇਡਾ 'ਚ ਤਾਂ ਸਾਰੇ ਬਰਾਬਰ ਨੇ ਪਰ ਉਹ ਮਾਤਾ ਆਪਣੇ ਪੁੱਤ ਲਈ ਸੇਵਾ ਕਰਨ ਵਾਲੀ ਨੂੰ ਤੇ ਜਵਾਈ ਦੀ ਖਾਤਰਦਾਰੀ ਕਰਨ ਵਾਲੇ ਸਹੁਰੇ ਭਾਲ ਰਹੀ ਸੀ ਪਿੰਡੀ ਲਈ ਆਪਣੀ ਮਾਂ ਲਈ ਬਥੇਰਾ ਸਮਾਂ ਸੀ ਪਿਓ ਨੂੰ ਲੈ ਕੇ ਉਹ ਤੁਰੀ ਹੀ ਰਹਿੰਦੀ ਭਰਾ ਦੇ ਵੀ ਸਾਰੇ ਕੰਮ ਕਰਦੀ ਪਰ ਅਮਰਜੀਤ ਲਈ ਉਸ ਕੋਲ ਕੁਝ ਪਲ ਵੀ ਨਾ ਹੁੰਦੇ ਉਹ ਕੋਲੂ ਦਾ ਬਲਦ ਬਣ ਕੇ ਰਹਿ ਗਿਆ ਸੀ ਘਰੋਂ ਕੰਮ ਤੇ ਕੰਮ ਤੋਂ ਕਰ ਉਹਦਾ ਜੀਵਨ ਸੀ ਜਾਂ 2-4 ਪੈਗ ਸ਼ਰਾਬ ਦੇ ਅਜੇ ਵੀ ਪਿੰਦੀ ਦੀ ਮਾਂ ਮੱਤਾ ਦੰਦੀ ਕਿ ਤੂੰ ਇਹਦੇ ਫੋਨ ਚੈੱਕ ਕਰਦੀ ਰਿਹਾ ਕਰ ਕਿ ਕਿੱਥੇ ਨੂੰ ਕਰਦਾ ਹੈ ਬੈਂਕ ਦੇ ਅਕਾਊਂਟ ਆਪ ਚੈੱਕ ਕਰਦੀ ਰਹੀ ਕੈਨੇਡਾ ਸੱਦ ਕੇ ਤਾਂ ਇਹੋ ਜੇ ਐਦਾਂ ਹੀ ਕਾਬੂ ਆਉਂਦੇ ਨੇ ਨਹੀਂ ਤਾਂ ਉਡਾਰੀ ਮਾਰ ਜਾਂਦੇ ਨੇ ਰੋਜ ਕੀ ਸੇ ਸੁਣੀਦੇ ਨੇ ਮਾਂ ਨੂੰ ਇਹ ਘਰ ਆਪਣੀ ਕੁੜੀ ਦਾ ਹੀ ਲੱਗਦਾ ਅਮਰਜੀਤ ਜਿਵੇਂ ਕੋਈ ਮਹਿਮਾਨ ਠਹਿਰਿਆ ਹੋਵੇ सोनू ਭਾਵੇਂ ਕੰਮ ਵੀ ਕਰਦਾ ਤੇ ਪੜਦਾ ਵੀ ਪਰ ਘਰ ਖਰਚਾ ਨਾ ਦਿੰਦਾ ਸਾਰੇ ਕਹਿੰਦੇ ਕਿ ਅਗਲੇ ਸਾਲ ਦੀ ਪੜ੍ਹਾਈ ਲਈ ਪੈਸੇ ਜੋੜਦਾ ਹੈ ਘਰ ਦਾ ਸੋਫਾ ਟੀਵੀ ਹੋਰ ਸਮਾਨ ਸਾਰਾ ਉਹੀ ਵਰਤਦੇ ਅਮਰਜੀਤ ਤਾਂ ਆਪਣੇ ਘਰ ਵਿੱਚ ਬਗਾਨਾ ਬਣ ਕੇ ਰਹਿ ਗਿਆ ਸੀ ਜੋ ਦਾ ਸਮਾਨ ਸੀ ਉਹ ਸਾਰਿਆਂ ਦਾ ਸਾਂਝਾ ਜੋ ਸਮਾਨ ਸੋਨੂ ਲੈਂਦਾ ਉਹ ਸਟੀਰੀਓ ਹੋਵੇ ਜਾਂ ਕਾਰ ਉਹ ਸਿਰਫ ਉਸੇ ਦੀ ਇਹ ਤਾਂ ਅਮਰਜੀਤ ਨਾਲ ਸਰਾਸਰ ੱੱਕਾ ਹੋ ਰਿਹਾ ਸੀ ਫਿਰ ਇੰਨਾ ਹੀ ਦਿਨਾਂ ਵਿੱਚ ਪਿੰਦੀ ਦੇ ਕੁੜੀ ਹੋਈ ਪਿੰਦੀ ਨੇ ਘਰ ਦਾ ਕੰਮਕਾਜ ਕਰਨਾ ਪਹਿਲਾਂ ਹੀ ਛੱਡਿਆ ਹੋਇਆ ਸੀ ਹੁਣ ਕੁੜੀ ਸੰਭਾਲਣ ਦਾ ਬਹਾਨਾ ਮਿਲ ਗਿਆ ਇਹ ਬਹਾਨਾ ਇਕੱਲੀ ਕੁੜੀ ਨੂੰ ਸੰਭਾਲਣ ਦਾ ਨਹੀਂ ਸੀ ਮਾਪਿਆਂ ਨੂੰ ਨਾਲ ਰੱਖਣ ਦਾ ਵੀ ਸੀ ਜੇ ਉਹ ਅੱਡ ਹੁੰਦੇ ਸਨ ਤਾਂ ਗੁਜ਼ਾਰਾ ਚੱਲਣਾ ਮੁਸ਼ਕਿਲ ਸੀ ਉਨਾ ਫੋਨ ਨਾ ਟੀਵੀ ਨਾ ਕੋਈ ਬਿੱਲ ਬੱਤੀ ਨਾਲ ਰਹਿ ਕੇ ਹੀ ਸਰੀ ਜਾਂਦਾ ਸੀ ਤੇ ਸੋਨੂੰ ਆਪਣੇ ਪੈਸੇ ਪੜ੍ਹਾਈ ਤੇ ਲਾ ਰਿਹਾ ਸੀ ਸਰਦੂਲ ਸਿੰਘ ਵਰਗੇ ਪੱਕੇ ਸ਼ਰਾਬੀ ਲਈ ਕੰਮ ਕਰਨਾ ਬਹੁਤ ਔਖਾ ਸੀ ਪੰਜਾਬ ਵੀ ਉਸ ਨੂੰ ਅਤਵਾਦ ਦੇ ਸਮੇਂ ਤੋਂ ਹੀ ਧਮਕੀਆਂ ਮਿਲਦੀ ਆ ਰਹੀਆਂ ਸੀ ਲੋਕ ਤਾਂ ਇਹ ਵੀ ਕਹਿੰਦੇ ਕਿ ਨਜਾਇਜ਼ ਪੁਲਿਸ ਮੁਕਾਬਲੇ ਬਣਾ ਕੇ ਹੀ ਉਸ ਨੇ ਥਾਣੇਦਾਰੀ ਦੀ ਫਿੱਤੀ ਲਵਾਈ ਸੀ ਉਹ ਤਾਂ ਕੁੜੀ ਦੇ ਬਹਾਨੇ ਮਸਾ ਪੰਜਾਬ ਛੱਡ ਕੇ ਭੱਜਿਆ ਸੀ ਉੱਥੇ ਜਾ ਕੇ ਰਹਿਣਾ ਤਾਂ ਉਸ ਨੂੰ ਸੱਪ ਦੀ ਬਿਰਮੀ ਵਿੱਚ ਹੱਥ ਪਾਉਣ ਵਾਲੀ ਗੱਲ ਲੱਗਦੀ ਸੀ। ਅਮਰਜੀਤ ਜੋ ਆਪਣੀ ਮਰਜ਼ੀ ਦੀ ਆਜ਼ਾਦ ਜ਼ਿੰਦਗੀ ਜਿਉਣੀ ਚਾਹੁੰਦਾ ਸੀ। ਉਹ ਨੂੰ ਸੌਰਿਆਂ ਦਾ ਵਕ ਹੋਣਾ ਊਠ ਦੇ ਬੁੱਲ ਵਾਂਗ ਚਾਪਣ ਲੱਗ ਪਿਆ ਸੀ। ਜੋ ਡਿੱਗਣ ਵਿੱਚ ਹੀ ਨਹੀਂ ਸੀ ਆ ਰਿਹਾ। ਉਹ ਸੋਚਦਾ ਪਤਾ ਨਹੀਂ ਇਹ ਕਮਰਾ ਬੰਦੀ ਕਦੋਂ ਤੱਕ ਮੁੱਕਣੀ ਆ। ਭਿੰਦੀ ਤਾਂ ਹੁਣੇ ਤੋਂ ਸੁਣਾਉਣ ਲੱਗ ਪਈ ਕਿ ਜੇ ਮੰਮੀ ਹੁਣੀ ਅੱਡ ਹੋ ਗਏ ਤਾਂ ਰੀਤੂ ਨੂੰ ਕੌਣ ਸੰਭਾਲੂਗਾ ਘਰ ਦਾ ਖਰਚਾ ਤਾਂ ਪਹਿਲਾਂ ਹੀ ਨਹੀਂ ਤੁਰਦਾ ਬੇਬੀ ਸੀਟਿੰਗ ਕਿੱਥੋਂ ਪੇ ਕਰਾਂਗੇ ਅਮਰਜੀਤ ਕਹਿਣਾ ਤਾਂ ਚਾਹੁੰਦਾ ਸੀ ਕਿ ਇਹ ਚੰਗੀ ਬਲੈਕਮੇਲਿੰਗ ਪਰ ਬੇਵਸ ਹੋਇਆ ਕੀ ਕਰਦਾ ਉਸਦੇ ਆਪਣੇ ਮਾਪਿਆਂ ਨੂੰ ਬੁਲਾਉਣ ਜੋਗੀ ਆਮਦਨ ਨਹੀਂ ਸੀ ਬਣਦੀ ਬਣਦੀ ਤਾਂ ਜੇ ਭਿੰਦੀ ਕਿਸੇ ਚੱਜ ਹਾਲ ਨਾਲ ਕੰਮ ਕਰਦੀ ਗੁਜ਼ਾਰਾ ਨਾ ਤੁਰਨ ਦਾ ਕਾਰਨ ਵੀ ਇਹ ਵਾਧੂ ਦਾ ਸੀੜੀ ਸਿਆਪਾ ਹੀ ਸੀ ਜੋ ਪਾਈ ਬੈਠੇ ਸਨ ਇਸ ਗੱਲੋਂ ਗੋਰੇ ਭਾਰਤੀ ਪਰਿਵਾਰਾਂ ਤੋਂ 1000 ਗੁਣਾ ਚੰਗੇ ਨੇ ਜਿਨ੍ਹਾਂ ਨੂੰ ਜੀਵਨ ਮੰਨਣਾ ਆਉਂਦਾ ਹੈ ਪਿਓ ਦੇ ਬਦਲਣ ਨਾਲ ਸੋਨੂ ਦੇ ਤੇਵਰ ਵੀ ਬਦਲ ਗਏ ਅਮਰਜੀਤ ਬਾਜੀ ਦਾ ਹੁਣ ਉਹਦੇ ਮਨ ਵਿੱਚ ਪਹਿਲਾਂ ਵਾਲਾ ਸਥਿਕਾਰ ਨਹੀਂ ਸੀ ਰਿਹਾ ਉਹਦੇ ਦਾ ਤੌਰ ਤਰੀਕੇ ਹੀ ਬਦਲ ਗਏ ਸੀ ਉਹ ਆਪਣੇ ਆਪ ਨੂੰ ਪੂਰਾ ਕੈਨੇਡੀਅਨ ਸਮਝ ਰਿਹਾ ਸੀ ਕੰਨ ਵਿੱਚ ਮੁੰਦਰ ਪਾਉਣ ਦੇ ਨਾਲ ਉਹਨੇ ਕਾਰ ਵਿੱਚ 1000 ਡਾਲਰ ਖਰਚ ਸਾਬੂ ਬੂਫਰ ਡਿਜੀਟਲ ਤਕਨੀਕ ਵਾਲਾ ਮਿਊਜ਼ਿਕ ਸਿਸਟਮ ਲਗਵਾਇਆ ਜਦੋਂ ਚੱਲਦਾ ਤਾਂ ਧਮਕ ਨਾਲ ਕੋਲ ਖੜੀਆਂ ਕਾਰਾਂ ਵੀ ਹਿਲਦੀਆਂ ਉਹ ਜੋ ਉਸ ਨੂੰ ਸਸ਼ਟਾਚਾਰ ਦਾ ਕੱਖ ਵੀ ਪਤਾ ਨਹੀਂ ਸੀ ਬੁੱਟਾ ਸਵੇਰ ਤੋਂ ਘਰ ਦੇ ਕਾਰਪਟ ਤੇ ਤੁਰਿਆ ਫਿਰਦਾ ਜਿੱਥੇ ਵੇਖਦਾ ਕੱਪੜੇ ਸੁੱਟ ਕੇ ਰੱਖਦਾ ਜਰਾਬਾਂ ਤਾਂ ਥਾਂ ਥਾਂ ਸੁਟੀਆਂ ਹੁੰਦੀਆਂ ਮਾਂ ਚੁੱਕੇ ਨਾ ਚੁੱਕੇ ਕੱਪੜੇ ਉਸ ਨੂੰ ਪ੍ਰੈਸ ਕੀਤੇ ਹੋਏ ਮਿਲਦੇ ਸੀ ਖਾਣਾ ਖਾਣ ਲੱਗਿਆ ਉਹ ਸੋ ਸੋ ਨਖਰੇ ਕਰਦਾ ਕੀ ਆ ਨਹੀਂ ਖਾਣਾ ਉਹ ਨਹੀਂ ਖਾਣਾ ਹੱਥ ਦਰਜੇ ਦਾ ਚਮਲਾਇਆ ਹੋਇਆ ਉਹਦੀ ਮਾਂ ਤੇ ਪਿੰਦੀ ਉਹਦੇ ਸਾਰੇ ਨਖਰੇ ਪੂਰੇ ਕਰਨ ਵਿੱਚ ਜੁਟੀਆਂ ਰਹਿੰਦੀਆਂ ਦੂਜੇ ਪਾਸੇ ਅਮਰਜੀਤ ਆਪਣੀ ਰੋਟੀ ਵੀ ਆਪ ਪਾ ਕੇ ਖਾਂਦਾ ਸੀ ਉਹਨੂੰ ਚਾਹ ਪਾਣੀ ਵੀ ਕੋਈ ਨਹੀਂ ਸੀ ਪੁੱਛਦਾ ਖਾਣੇ ਦੀ ਪਸੰਦ ਤਾਂ ਉਹਨੂੰ ਪੁੱਛਣੀ ਹੀ ਕਿਨੇ ਸੀ ਅਮਰਜੀਤ ਨੇ ਜਦੋਂ ਵੀ ਕਦੇ ਇਤਰਾਜ਼ ਕੀਤਾ ਤਾਂ ਪਿੰਦੀ ਉਹਨੂੰ ਲੜਾਈ ਦਾ ਰੂਪ ਦੇ ਦਿੰਦੀ ਤੇ ਸਰਦੂਲ ਸਿੰਘ ਨੂੰ ਕਹਿਣ ਦਾ ਮੌਕਾ ਮਿਲ ਜਾਂਦਾ ਕਿ ਕੈਨੇਡਾ ਕੀ ਕੱਢ ਦਿੱਤਾ ਹੁਣ ਏਸੇ ਦੇ ਖੰਭ ਸੂਤ ਨਹੀਂ ਆਉਂਦੇ ਪੱਥਰ ਤੇ ਬੂੰਦ ਪਈ ਨਾ ਪਈ ਵੰਗ ਪੀਂਦੀ ਤੇ ਕੋਈ ਅਸਰ ਨਾ ਪਿਆ ਉਹਦੇ ਪਰਿਵਾਰ ਦੀਆਂ ਮਨਮਾਨੀਆਂ ਵਾਧੀਆਂ ਗਈਆਂ ਤੇ ਅਮਰਜੀਤ ਦੀ ਸ਼ਰਾਬ ਹੁਣ ਘਰ ਵਿੱਚ ਪਏ ਕਲੇਸ਼ ਕਾਰਨ ਅਮਰਜੀਤ ਦੀ ਸ਼ਰਾਬ ਦੱਸੀ ਜਾਣ ਲੱਗੀ ਸਰਦੂਲ ਸਿੰਘ ਹਰ ਕਿਸੇ ਕੋਲ ਗਹਿਣ ਲੱਗਿਆ ਕਿ ਮਾੜੀ ਕਿਸਮਤਾ ਸ਼ਰਾਬੀ ਪੱਲੇ ਪੈ ਗਿਆ ਕੁੜੀ ਸਾਡੀ ਕੀ ਕਰੇ ਵਿਚਾਰੀ ਜਦੋਂ ਇਹ ਗੱਲਾਂ ਅਮਰਜੀਤ ਦੇ ਕੰਨਾਂ ਤੱਕ ਪਹੁੰਚਦੀਆਂ ਤਾਂ ਮਨੋਵਿਗਿਆਨ ਜਰਬਾ ਖਾ ਜਾਂਦਾ ਉਹ ਜੋ ਮੂੰਹ ਆਇਆ ਉਹ ਬੋਲਦਾ ਕਈ ਵਾਰ ਤਾਂ ਸਰਦੋਲ ਸਿੰਘ ਦਾ ਜੀ ਕੀਤਾ ਕਿ ਇਸ ਪੰਜਾਬ ਪੁਲਿਸ ਵਾਲਾ ਕੋਟਾ ਚਾੜੇ ਉਹਦੇ ਲੂਰੀਆਂ ਉੱਠਦੀਆਂ ਉਹ ਭਿੰਦੀ ਨੂੰ ਕਹਿੰਦਾ ਕਿ ਤੂੰ ਇੱਕ ਵਾਰ ਕਹਿ ਮੈਂ ਤਾਂ ਇਹੋ ਜੇ ਸੈਂਕੜੇ ਟਿਕਾਣੇ ਲਾਏ ਹੋਏ ਨੇ ਉਹਨੇ ਤਾਂ ਇਹ ਸੁਝਾਅ ਵੀ ਦਿੱਤਾ ਕਿ ਇੰਸ਼ੂਰੈਂਸ ਤਾਂ ਇਹਦੀ ਹੈ ਹੀ ਕੇਰਾ ਇੰਡੀਆ ਨੂੰ ਚੜਾ ਦੇ ਫਿਰ ਮੈਂ ਜਾਣਾ ਮੇਰਾ ਕੰਮ ਜਾਣੇ ਸਾਰੀ ਉਮਰ ਐਸ਼ਾ ਕਰेंगी ਕੋਈ ਹੋਰ ਮੁੰਡਾ ਲੱਭ ਲਿਆਵਾਂਗੇ ਕੈਨੇਡਾ ਦੇ ਨਾਮ ਨੂੰ ਉੱਥੇ ਬਥੇਰੀ ਤੁਰੇ ਫਿਰਦੀ ਆ ਪਰ ਇਹਨੂੰ ਤਾਂ ਕੇਰਾ ਪੁੱਤ ਬਣਾ ਦੂੰ ਅਜੇ ਤਾਂ ਮੇਰੇ ਬਥੇਰੇ ਲਿੰਕ ਨੇ ਜਿੱਥੇ ਪੰਜਾਬ ਪੁਲਿਸ ਨੇ 25000 ਗਾਇਬ ਕਰ ਦਿੱਤੇ ਇੱਕ ਹੋਰ ਸਹੀ ਕੀ ਫਰਕ ਪੈਂਦਾ ਕਿਸੇ ਲੁਟੇਰੇ ਦਾ ਨਾਮ ਪਾ ਛੱਡਾਂਗੇ ਪਰ ਪਿੰਦੀ ਇਹ ਸਬਦਾਂ ਹੀ ਆ ਨਾ ਕਰਦੀ। ਉਹਨੂੰ ਪਤਾ ਸੀ ਕੈਨੇਡਾ ਵਿੱਚ ਪੰਜਾਬ ਵਾਲੀ ਨਹੀਂ ਹੁੰਦੀ। ਉਸ ਦੀ ਸੰਗੀ ਨੂੰ ਵੀ ਹੱਥ ਪੈ ਸਕਦਾ ਹੈ। ਆਖਰ ਇੱਕ ਦਿਨ ਸ਼ਰਾਬੀ ਹੋਏ ਅਮਰਜੀਤ ਨੇ ਫੈਸਲਾ ਸੁਣਾ ਦਿੱਤਾ ਕਿ ਜਾਂ ਤਾਂ ਹੁਣ ਤਲਾਕ ਲੈ ਲਾ ਜਾਂ ਫਿਰ ਪਤੀ ਪਤਨੀ ਵਾਂਗ ਵੱਖਰੇ ਘਰ ਵਿੱਚ ਮੇਰੇ ਨਾਲ ਰਹੇ। ਉਹਦੀ ਦ੍ਰਿੜਤਾ ਨੇ ਸਾਰਿਆਂ ਦੇ ਪੈਰ ਡੋਲਣ ਲਾ ਦਿੱਤੇ। ਸਰਦੂਲ ਨੂੰ ਇੰਨਾ ਯਕੀਨ ਨਹੀਂ ਸੀ ਕਿ ਗੋਡੀ ਹੱਥ ਲਾਉਣ ਵਾਲਾ ਮੁੰਡਾ ਇੰਨਾ ਵੀ ਸਖਤ ਹੋ ਸਕਦਾ। ਕੁੜੀ ਦਾ ਘਰ ਟੁੱਟਣਾ ਲਗਭਗ ਯਕੀਨੀ ਸੀ ਹੁਣ ਤਾਂ ਲੋਕ ਵੀ ਕਹਿਣ ਲੱਗ ਪਏ ਕਿ ਜੇ ਤੇਰੀ ਕੁੜੀ ਦੇ ਘਰ ਕਲੇਸ਼ ਪੈਂਦਾ ਹੈ ਤਾਂ ਅੱਡ ਕਿਉਂ ਨਹੀਂ ਰਹਿਣ ਲੱਗ ਪੈਂਦੇ ਸਰਦੂਲ ਸਿੰਘ ਇਸ ਬਰਬਾਦੀ ਦਾ ਸੇਰਾ ਆਪਣੇ ਸਿਰ ਸਜਾਉਣਾ ਨਹੀਂ ਸੀ ਚਾਹੁੰਦਾ ਹੁਣ ਦੋ ਹੀ ਰਸਤੇ ਸੀ ਜਾਂ ਉਹ ਕੁੜੀ ਤੋਂ ਵੱਖ ਹੋ ਕੇ ਰਹਿਣ ਲੱਗ ਪੈਣ ਜਾਂ ਫਿਰ ਆਪਣੇ ਆਪ ਨੂੰ ਬਦਲ ਲੈਣ ਉਹਨਾਂ ਨਰਮ ਹੋਣਾ ਹੀ ਠੀਕ ਸਮਝਿਆ ਇੱਕ ਦਿਨ ਨਰਮ ਲਹਿਜੇ ਵਿੱਚ ਪਿੰਦੀ ਨੇ ਅਮਰਜੀਤ ਨੂੰ ਪੁੱਛਿਆ ਆਖਰ ਤੈਨੂੰ ਤਕਲੀਫ ਕੀ ਆ ਉਹ ਤਾਂ ਕਹਿਣ ਲੱਗਾ ਕਿ ਮੈਂ ਵੀ ਆਪਣੇ ਪਰਿਵਾਰ ਨੂੰ ਸਪੌਂਸਰ ਕਰਨਾ ਚਾਹੁੰਨਾ ਏਸੇ ਕਰਕੇ ਤਾਂ ਉਹਨਾਂ ਨੇ ਮੈਨੂੰ ਕੈਨੇਡਾ ਭੇਜਿਆ ਸੀ ਜੇ ਉਹਨਾਂ ਦਾ ਕੰਮ ਨਾ ਬਣਿਆ ਤਾਂ ਫਿਰ ਮੈਂ ਵੀ ਇੱਥੇ ਰਹਿ ਕੇ ਕੀ ਕਰਨਾ ਉਹਦੇ ਮਾਪੇ ਨਾਲ ਇੱਕ ਭਰਾ ਤੇ ਦੋ ਛੋਟੀਆਂ ਭੈਣਾਂ ਨੇ ਵੀ ਆਉਣਾ ਸੀ ਪਿੰਦੀ ਉਸ ਦੇ ਦ੍ਰਿੜ ਇਰਾਦੇ ਸਾਹਮਣੇ ਡੋਲ ਗਈ ਸਰਦੂਲ ਸਿੰਘ ਨੇ ਵੀ ਕਹਿ ਦਿੱਤਾ ਕਿ ਦੇਖ ਲੈ ਜੇ ਤੇਰਾ ਘਰ ਟੁੱਟਣ ਤੋਂ ਬਚ ਜਾਵੇ ਉਹਨਾਂ ਦੇ ਆਉਣ ਤੇ ਇਸ ਨੂੰ ਮਾਨਸਿਕ ਸਹਾਰਾ ਹੋ ਜਾਵੇਗਾ ਫਿਰ ਉਹ ਆਪੇ ਇਸ ਨੂੰ ਸ਼ਰਾਬ ਤੋਂ ਰੋਕਣਗੇ ਨਾਲੇ ਅਸੀਂ ਤੈਨੂੰ ਇਕੱਲੀ ਛੱਡ ਕੇ ਥੋੜੇ ਜਾਣ ਲੱਗੇ ਹਾਂ ਜੇ ਤੁਸੀਂ ਘਰ ਲੈਣਾ ਵੀ ਹੋਇਆ ਤਾਂ ਸੋਨੂ ਦੇ ਵਿਆਹ ਤੱਕ ਅਸੀਂ ਤੁਹਾਡੀ ਬੇਸਮੈਂਟ ਵਿੱਚ ਰਹੀ ਜਾਵਾਂਗੇ ਪਹਿਲਾਂ ਤਾਂ ਪਿੰਦੀ ਨਾ ਨੁਕਰ ਕਰਦੀ ਰਹੀ ਇੰਨੇ ਬੰਦਿਆਂ ਦਾ ਖਰਚਾ ਕਿਵੇਂ ਕਰਾਂਗੇ ਕਿੱਥੇ ਰਹਿਣਗੇ ਫਿਰ ਮੰਨ ਗਈ ਉਸ ਦੇ ਹਾਂ ਕਰਨ ਦੀ ਦੇਰ ਸੀ ਤਾਂ ਅਮਰ ਨੇ ਜੌਬ ਲੈਟਰਾਂ ਬਣਵਾ ਕੇ ਆਮਦਨ ਵੀ ਬਣਵਾ ਲਈ ਕੁਝ ਹੀ ਦਿਨਾਂ ਵਿੱਚ ਸਪான்ਸਰ ਵੀ ਕਰ ਦਿੱਤਾ ਦਿਨ ਲੰਘਦਿਆਂ ਨੂੰ ਕਿਹੜਾ ਸਮਾਂ ਲੱਗਦਾ ਹੈ ਇੱਕ ਦਿਨ ਅਮਰਜੀਤ ਦਾ ਪਰਿਵਾਰ ਟ੍ਰਾਂਟੋ ਆਇਰਪੋਰਟ ਤੇ ਆ ਪਹੁੰਚਿਆ ਉਸ ਦਿਨ ਅਮਰਜੀਤ ਤਾਂ ਬਹੁਤ ਖੁਸ਼ ਸੀ ਪਰ ਪਿੰਦੀ ਦੇ ਪਰਿਵਾਰ ਦੀ ਖੁਸ਼ੀ ਕੁਝ ਉਪਰੀ ਜਿਹੀ ਸੀ ਪਹਿਲਾਂ ਪਹਿਲਾਂ ਤਾਂ ਦੋਨੋਂ ਪਰਿਵਾਰ ਇਕੱਠੇ ਰਹੇ ਪਰ ਕੁਝ ਦਿਨਾਂ ਬਾਅਦ ਅਮਰਜੀਤ ਦੇ ਪਰਿਵਾਰ ਨੂੰ ਵਾਧੂ ਦੀ ਟੋਕ ਟਿਕਾਈ ਚੁਭਣ ਲੱਗ ਪਈ ਫਿਰ ਵੀ ਈਸ਼ਵਰ ਕੌਰ ਨੇ ਘਰ ਦਾ ਸਾਰਾ ਕੰਮ ਸਿੱਖ ਲਿਆ ਉਹ ਰੋਟੀ ਤੇ ਦਾਲ ਸਬਜ਼ੀ ਆਪ ਬਣਾਉਂਦੀ ਭਾਂਡੇ ਧੋਂਦੀ ਪਰ ਫਿਰ ਵੀ ਨੋਹ ਦੇ ਤੇਵਰ ਚੜ੍ਹੇ ਹੀ ਰਹਿੰਦੇ ਬੇਟੀ ਰੀਤੂ ਨੂੰ ਸੰਭਾਲਣ ਲਈ ਉਹ ਆਪਣੀ ਮਾਂ ਨੂੰ ਕਹਿੰਦੀ ਜਿਵੇਂ ਉਹਦੀ ਸਾਸ ਘਰ ਦਾ ਮੈਂਬਰ ਹੀ ਨਾ ਹੋਵੇ ਉਧਰ ਸਰਦੂਲ ਸਿੰਘ ਸਾਰਾ ਦਿਨ ਆਪਣੇ ਕੋੜਮ ਦਿਲਬਾਗ ਸਿੰਘ ਨੂੰ ਲੈਕਚਰ ਦੇ ਜਾਂਦਾ ਕਿ ਇੱਥੇ ਤਾਂ ਇਉਂ ਹੁੰਦਾ ਹੈ ਇੱਥੇ ਤਾਂ ਇਉਂ ਰਹਿੰਦਾ ਹੈ ਇੱਥੇ ਆ ਨਹੀਂ ਕਰੀਦਾ ਇੱਥੇ ਉਹ ਨਹੀਂ ਕਰੀਦਾ ਜਿਵੇਂ ਉਹ ਕੋਈ ਜੰਗਲੀ ਮਨੁੱਖ ਹੋਵੇ ਜੀਨੂੰ ਸੱਭਿਆਤਾ ਦਾ ਊੜਾੜਾ ਨਾ ਹੁੰਦਾ ਹੋਵੇ ਇੱਕ ਦਿਨ ਤਾਂ ਉਹਨੇ ਸਾਫ਼ ਸ਼ਬਦਾਂ ਚ ਕਹਿ ਦਿੱਤਾ ਕਿ ਜੇ ਕੈਨੇਡਾ ਆਇਓ ਤਾਂ ਫਾਰਮਾ ਵਗੈਰਾ ਚ ਕੰਮ ਲੱਭੋ ਸਰਦੂਲ ਦੀ ਇਹ ਗੱਲ ਦਿਲਬਾਗ ਸਿੰਘ ਤੋਂ ਬਰਦਾਸ਼ਤ ਨਾ ਹੋਈ ਉਸਦੇ ਪੁੱਤ ਦੇ ਘਰ ਵਿੱਚ ਹੀ ਉਹਨੂੰ ਕੋਈ ਠਿੱਠ ਕਰੇ ਉਹ ਅਮਰਜੀਤ ਨੂੰ ਪੈ ਨਿਕਲਿਆ ਕਿ ਤੂੰ ਸਹੌऱ्या ਥੱਲੇ ਲੱਗ ਕੇ ਜਿਵੇਂ ਮਰਜ਼ੀ ਰਹੀ ਜਾ ਪਰ ਸਾਡੇ ਤੋਂ ਨਹੀਂ ਰਹਿ ਹੁੰਦਾ ਜੇ ਤੈਨੂੰ ਆਪਣੀ ਹਾਲਤ ਦਾ ਪਤਾ ਸੀ ਸਾਨੂੰ ਕਿਉਂ ਬੁਲਾਇਆ ਜੇ ਕੁਝ ਨਹੀਂ ਕਰਨ ਜੋਗਾ ਤਾਂ ਸਾਨੂੰ ਵਾਪਸ ਭੇਜਦੇ ਜਾਂ ਕਿਤੇ ਬੀਸਮੈਂਟ ਲੱਭ ਦੇ ਅਸੀਂ ਨਹੀਂ ਤੇਰੇ ਸਹੌऱ्या ਨਾਲ ਰਹਿ ਸਕਦੇ ਬਸ ਘਰ ਚ ਕਲੇਸ਼ ਪੈ ਗਿਆ ਪਿੰਦੀ ਕਹਿ ਰਹੀ ਸੀ ਕਿ ਅਮਰਜੀਤ ਨੂੰ ਉਹਦੇ ਘਰ ਵਾਲੇ ਚੁੱਕ ਰਹੇ ਨੇ ਮੇਰੇ ਮਾਪਿਆਂ ਨੂੰ ਘਰੋਂ ਕਢਾਉਣ ਦੇ ਤੁਲੇ ਹੋਏ ਨੇ ਰਿਸ਼ਤੇਦਾਰਾਂ ਨੇ ਵਿੱਚ ਪੈ ਕੇ ਸਮਝਾ ਦਿੱਤਾ ਕੀ ਐ ਤੇ ਹਰ ਕਿਸੇ ਨੇ ਆਪੋ ਆਪਣਾ ਖਾਣਾ ਕਿਉਂ ਲੜਦੇ ਹੋ ਰਲ ਮਿਲ ਕੇ ਦਿਨ ਕੱਟ ਲੋ ਦੋਹਾਂ ਠੇਰਾਂ ਨੂੰ ਫਾਇਦਾ ਉਹ ਵਖਤੀ ਤੌਰ ਤੇ ਟਿਕ ਗਏ ਇੱਕ ਦੂਜੇ ਦੀ ਗੱਲ ਵਿੱਚ ਬਹੁਤਾ ਦਖਲ ਨਾ ਦੰਦੇ ਸਰਦੂਲ ਸਿੰਘ ਨੂੰ ਕਿਸੇ ਨੇ ਸਕੀਮ ਦਿੱਤੀ ਕਿ ਤੂੰ ਥਾਣੇਦਾਰ ਐ ਅਕਲ ਤੋਂ ਕੰਮ ਲੈ ਤੇਰਾ ਜਵਾਨ ਮੁੰਡਾ ਤੇਰੇ ਲਈ ਜੈਕਪੌਟ ਆ ਇੰਡੀਆ ਜਾ ਕੁੜੀ ਵਾਲੇ 20 ਲੱਖ ਤਾਂ ਹੱਸ ਕੇ ਦੇਣਗੇ ਉਸੇ ਦਾ ਡਾਊਨ ਪੇਮੈਂਟ ਦੇ ਕੇ ਘਰ ਲੈ ਲੈ ਹਣ ਸਰਦੂਲ ਸਿੰਘ ਨੌਕਰੀ ਤੋਂ ਬਣਾਏ ਪੈਸੇ ਨੂੰ ਸਾਮ ਕੇ ਰੱਖਣਾ ਚਾਹੁੰਦਾ ਸੀ ਪੁੱਤ ਦਾ ਸੌਦਾ ਕਰਨ ਲਈ ਤਿਆਰੀ ਵਿੱਚ ਸੀ ਇੱਕ ਡੀਐਸਪੀ ਤੇ ਤਹਿਸੀਲਦਾਰ ਤਾਂ ਆਪਣੀਆਂ ਕੁੜੀਆਂ ਦੇ ਰਿਸ਼ਤੇ ਲਈ ਮੂੰਹ ਮੰਗਿਆ ਦਾਜ ਤੇ ਕੋਠੀਆਂ ਕਾਰਾਂ ਦੇਣ ਨੂੰ ਵੀ ਤਿਆਰ ਸਨ ਪਰ ਉਹ ਸੌਦਾ ਟਣਕਾ ਕੇ ਕਰਨਾ ਚਾਹੁੰਦਾ ਸੀ ਉਹਨਾਂ ਨੇ ਆਪਣਾ ਘਰ ਦੇਖਣਾ ਸ਼ੁਰੂ ਕੀਤਾ ਉਹ ਅਜੇ ਸਕੀਮਾਂ ਲਾ ਰਹੀ ਸੀ ਕਿ ਅਮਰਜੀਤ ਦੇ ਘਰ ਦਿਆ ਨੇ ਅਮਰਜੀਤ ਨੂੰ ਚੁੱਕਣਾ ਦੇ ਕੇ ਘਰ ਖਰੀਦਣ ਦੀ ਪਹਿਲ ਕਰਵਾ ਦਿੱਤੀ ਹੁਣ ਸਵਾਲ ਏ ਸੀ ਕਿ ਪਿੰਦੀ ਦੇ ਮਾਪੇ ਕਿੱਥੇ ਰਹਿਣਗੇ ਪਿੰਦੀ ਜਿੱਦ ਕਰ ਰਹੀ ਸੀ ਕਿ ਉਹ ਜਿੰਨਾ ਚਿਰ ਆਪਣਾ ਘਰ ਨਹੀਂ ਲੈਂਦੇ ਆਪਣੇ ਬੇਸਮੈਂਟ ਵਿੱਚ ਰਹਿਣਗੇ ਸੌਰਿਆਂ ਵਿੱਚ ਤਾਂ ਉਹਦੇ ਦਿਲਚਸਪੀ ਕੋਈ ਹੈ ਨਹੀਂ ਸੀ ਉਹਦਾ ਤਾਂ ਮਤਲਬ ਤਾਂ ਸਿਰਫ ਅਮਰਜੀਤ ਤੱਕ ਸੀ ਅਮਰਜੀਤ ਨੇ ਬਥੇਰਾ ਸਮਝਾਇਆ ਕਿ ਹੁਣ ਤੂੰ ਵਿਆਹੀ ਹੋਈ ਔਰਤ ਹੈ ਸੋਹਰਾ ਪਰਿਵਾਰੀ ਤੇਰਾ ਪਰਿਵਾਰ ਆ ਪਰ ਉਹ ਮੰਨਣ ਲਈ ਤਿਆਰ ਨਹੀਂ ਸੀ ਘਰ ਪ੍ਰਵੇਸ਼ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਸਮੇਂ ਇਸ ਗੱਲ ਤੇ ਕਲੇਸ਼ ਪੈ ਗਿਆ ਕਿ ਅਮਰਜੀਤ ਨੇ ਆਪਣੇ ਮਾਪਿਓ ਦਾ ਨਾਮ ਅਰਦਾਸ ਵਿੱਚ ਲੈਣਾ ਹੈ ਤਾਂ ਪਿੰਦੀ ਦੇ ਮਾਪਿਓ ਦਾ ਨਾਮ ਵੀ ਲਿਆ ਜਾਵੇਗਾ ਪਿੰਦੀ ਕਹਿ ਰਹੀ ਸੀ ਕਿ ਮੇਰਾ ਵੀ ਘਰ ਵਿੱਚ ਬਰਾਬਰ ਦਾ ਹਿੱਸਾ ਹੈ ਮੇਰੇ ਵੀ ਮਾਪੇ ਨੇ ਰਿਸ਼ਤੇਦਾਰਾਂ ਨੇ ਬਥੇਰਾ ਸਮਝਾਇਆ ਪਰ ਉਹ ਹੰਕਾਰ ਦੇ ਘੋੜੇ ਤੋਂ ਨਾ ਉਤਰੀ ਜਦੋਂ ਦਿਲਬਾਗ ਸਿੰਘ ਕਿਸੇ ਰਿਸ਼ਤੇਦਾਰ ਨੂੰ ਕਹਿੰਦਾ ਕਿ ਮੈਂ ਘਰ ਲਿਆ ਤਾਂ ਉਹਦੇ ਸੱਤੇ ਕੱਪੜੀ ਅੱਗ ਲੱਗ ਜਾਂਦੀ ਕੀ ਘਰ ਤਾਂ ਮੇਰਾ ਕਹਿਣ ਵਾਲਾ ਇਹ ਕੌਣ ਹੁੰਦਾ ਹੈ ਉਹ ਈਸ਼ਵਰ ਕੌਰ ਨੂੰ ਤਾਨਨੇ ਮਿਹਣੇ ਮਾਰਦੀ ਅਮਰਜੀਤ ਨਾਲ ਲੜਦੀ ਘਰ ਭਾਵੇਂ ਦਿਲਬਾਗ ਦੇ ਮੁੰਡੇ ਅਮਰਜੀਤ ਸਿੰਘ ਦਾ ਸੀ ਪਰ ਉਸ ਵਿੱਚ ਚਲਦੀ ਸਰਦੂਲ ਸਿੰਘ ਦੇ ਪਰਿਵਾਰ ਦੀ ਸੀ ਉਹ ਕੁਝ ਪੱਕਦਾ ਜੋ ਸਰਦੂਲ ਸਿੰਘ ਚਾਹੁੰਦਾ ਸਰਦੂਲ ਦੀ ਨਜ਼ਰ ਵਿੱਚ ਤਾਂ ਦਿਲਬਾਗ ਦਾ ਪਰਿਵਾਰ ਪਿੰਡੂ ਜੱਟ ਬੋਟਾਂ ਦਾ ਪਰਿਵਾਰ ਸੀ ਪਿੰਦੀ ਹਰ ਹਾਲਤ ਵਿੱਚ ਆਪਣੇ ਪਰਿਵਾਰ ਦਾ ਰੋਬ ਸੌਰੇ ਘਰ ਤੇ ਬਣਾਈ ਰੱਖਣਾ ਚਾਹੁੰਦੀ ਸੀ ਇਸੇ ਕਰਕੇ ਤਾਂ ਭੋਗ ਵਾਲੇ ਦਿਨ ਸਾਰੇ ਰਿਸ਼ਤੇਦਾਰਾਂ ਦੇ ਬੈਠਿਆ ਅਰਦਾਸ ਵਿੱਚ ਉਸ ਨੇ ਆਪਣੇ ਮਾਪਿਆਂ ਦਾ ਨਾਮ ਵੀ ਬੁਲਵਾਇਆ ਸੀ ਤਾਂ ਕਿ ਲੋਕਾਂ ਨੂੰ ਅਹਿਸਾਸ ਕਰਵਾ ਸਕੇ ਕਿ ਘਰ ਵਿੱਚ ਤਾਂ ਉਸੇ ਦੀ ਚੱਲਦੀ ਆ ਇਸ ਤਰ੍ਹਾਂ ਕਰਨ ਨਾਲ ਉਸ ਨੂੰ ਆਪਣਾ ਕਦ ਉੱਚਾ ਹੋ ਗਿਆ ਲੱਗਦਾ ਸੀ ਤੇ ਆਪਣੇ ਠਾਣੇਦਾਰ ਪਿਓ ਦਾ ਸ਼ਮਲਾ ਹੋਰ ठाਠ ਨਾਲ ਝੂਲਦਾ ਲੱਗਦਾ ਉਹ ਘਰ ਵਿੱਚ ਆਮ ਦਿਖਾਣੇ ਦਾਇਤ ਵੰਗ ਬਿਫਰੀ ਫਿਰਦੀ ਅਮਰਜੀਤ ਦੀ ਹੋਂਦ ਪੈਰਾ ਹੇਠ ਲਤਾੜ ਉਸ ਨੂੰ ਆਨੰਦ ਆਉਂਦਾ ਪਤਾ ਨਹੀਂ ਇਸ ਦਾ ਮਾਨਸਿਕ ਕਾਰਨ ਕੀ ਸੀ ਜਾਂ ਉਹਦੇ ਅੰਦਰ ਛੁਪਿਆ ਕੋਈ ਘਟਿਆਪਣ ਦਾ ਅਹਿਸਾਸ ਅਮਰਜੀਤ ਨੂੰ ਕੁਝ ਵੀ ਸਮਝ ਨਾ ਪੈਂਦਾ ਉਹ ਆਪਣੇ ਆਪ ਨੂੰ ਬੋਣਾ ਹੋ ਗਿਆ ਮਹਿਸੂਸ ਕਰਦਾ ਸੀ ਇੱਕ ਪਾਸੇ ਮੂਰਖ ਪਤਨੀ ਦੂਜੇ ਪਾਸੇ ਉਹਦਾ ਆਪਣਾ ਪਰਿਵਾਰ ਦੋਵਾਂ ਪੂੜਾਂ ਵਿੱਚ ਪਿਸ ਰਿਹਾ ਸੀ ਪਾਠ ਦੇ ਭੋਗ ਤੋਂ ਬਾਅਦ ਉਹਨੇ ਬੋਤਲ ਖੋਲ ਲਈ ਲਗਾਤਾਰ ਸ਼ਰਾਬ ਪੀਂਦਾ ਰਿਹਾ ਕੰਮ ਤੇ ਵੀ ਨਾ ਗਿਆ ਬੱਚੀ ਦਾ ਮੂਵੀ ਨਾ ਵੇਖਿਆ ਜਿਵੇਂ ਸਭ ਕਾਸੇ ਤੋਂ ਉਹਦਾ ਮੂਹ ਟੁੱਟ ਗਿਆ ਹੋਵੇ ਉਹ ਕਿਸੇ ਦਾ ਰੋਕਿਆ ਨਹੀਂ ਸੀ ਰੁਕਿਆ ਜਦੋਂ ਉਹਦੀ ਬੇਵਾਹ ਹੋ ਗਈ ਤਾਂ ਮੱਛੀ ਵਾਂਗ ਤੜਫਣ ਲੱਗਾ ਤੇਜ਼ ਬੁਖਾਰ ਵਾਂਗ ਉਹਦਾ ਸਰੀਰ ਤਪ ਰਿਹਾ ਸੀ ਸਾਰੇ ਕਹਿੰਦੇ ਕਿ ਉਹ ਹੈਂਗਓਵਰ ਹੋਣ ਕਰਕੇ ਕਰ ਰਿਹਾ ਹੈ ਉਹ ਆਪਣੀ ਮਾਂ ਈਸ਼ਵਰ ਕੌਰ ਦੀ ਬੁੱਕਲ ਵਿੱਚ ਜਾ ਨਿੱਕੇ ਬੱਚੇ ਦੀ ਤਰ੍ਹਾਂ ਲੇਟ ਗਿਆ ਤੇ ਕਹਿਣ ਲੱਗਾ ਮਾਂ ਮੈਨੂੰ ਡਰ ਲੱਗਦਾ ਜਿਵੇਂ ਛੋਟੇ ਹੁੰਦੇ ਨੂੰ ਪਿੰਡ ਦੀਆਂ ਮੜੀਆਂ ਚੋਂ ਲੱਗਦਾ ਸੀ। ਮਾਂ ਜਦੋਂ ਮੈਨੂੰ ਬੁਖਾਰ ਚੜਦਾ ਸੀ ਤਾਂ ਕਿਹਾ ਕਰਦੀ ਸੀ ਕਿ ਮੜੀਆਂ ਚੋਂ ਪੁੱਠੇ ਪੈਰਾਂ ਵਾਲੀ ਚੁੜੇਲ ਚਿੰਬੜ ਗਈ। ਫਿਰ ਉਹ ਅਖੰਡ ਪਾਠ ਵਾਲੇ ਪਾਣੀ ਦੇ ਛਿੱਟੇ ਮਾਰਦੀ ਸੀ ਤਾਂ ਆਰਾਮ ਜਿਹਾ ਆਉਂਦਾ ਸੀ। ਮਾਂ ਮੈਨੂੰ ਚੁੜੇਲ ਚਿੰਬੜ ਗਈ। ਮਾਂ ਮੈਨੂੰ ਬਹੁਤ ਡਰ ਲੱਗਦਾ। ਉਹ ਮੈਨੂੰ ਮਾਰ ਦੇਵੇਗੀ। ਆ ਵੇਖਾ ਆ ਗਈ। ਮਹਾਰਾਜ ਤੋਂ ਵੀ ਨਹੀਂ ਡਰਦੀ ਇਹ ਤਾਂ। ਤੇਰੇ ਤੋਂ ਵੀ ਨਹੀਂ ਡਰਦੀ। ਕਿਸੇ ਤੋਂ ਨਹੀਂ। ਹਾੜੇ ਹਾੜੇ ਮਾਂ ਮੈਨੂੰ ਸ਼ਰਾਬ ਦਾ ਇੱਕ ਪੈਗ ਹੋਰ ਦੇ ਦੇ। ਨਹੀਂ ਤਾਂ ਮੈਂ ਮਰ ਜਾਊਂਗਾ। ਮੈਨੂੰ ਬਹੁਤ ਡਰ ਲੱਗਦਾ ਹੈ। ਹਜੇ ਮੈਂ ਮਰਨਾ ਨਹੀਂ ਚਾਹੁੰਦਾ। ਉਹ ਮਾਂ ਨੂੰ ਚਿੰਬੜ ਗਿਆ। ਸ਼ਰਾਬ ਤਾਂ ਉਹ ਪਹਿਲਾਂ ਵੀ ਬਹੁਤ ਪੀ ਜਾਂਦਾ ਸੀ ਪਰ ਐਦਾਂ ਕਦੇ ਨਹੀਂ ਸੀ ਕੀਤਾ। ਸਾਰੇ ਉਹਦੀ ਹਾਲਤ ਤੇ ਘਬਰਾ ਗਏ। ਈਸ਼ਵਰ ਕੋਰ ਉਹਨੂੰ ਬੁੱਕਲ ਵਿੱਚ ਲਈ। ਵਾਹਿਗੁਰੂ ਵਾਹਿਗੁਰੂ ਕਰ ਰਹੀ ਸੀ। ਸਾਰਾ ਪਰਿਵਾਰ ਨੱਠ ਭੱਜ ਕਰ ਰਿਹਾ ਸੀ। ਪਿੰਦੀ ਨੇ 911 ਡਾਇਲ ਕਰਕੇ ਐਂਬੂਲੈਂਸ ਸੱਦੀ। ਅਮਰਜੀਤ ਅਜੇ ਵੀ ਡਰ ਨਾਲ ਕੰਬ ਰਿਹਾ ਸੀ ਉਹ ਬੋਲਿਆ ਉਹ ਵੇਖ ਚੁੜਾਈ ਲਾ ਗਈ ਉਹ ਵੇਖ ਉਹਦੇ ਪੁੱਠੇ ਪੈਰ ਮਾਰ ਦੇਵੇਗੀ ਮੈਨੂੰ ਈਸ਼ਵਰ ਕੌਰ ਕਹਿ ਰਹੀ ਸੀ ਉਹ ਤਾਂ ਪੁੱਤ ਪਿੰਦੀ ਤੇਰੇ ਘਰ ਵਾਲੀ ਆ ਅਮਰਜੀਤ ਬੋਲਿਆ ਫਿਰ ਇਹਦੇ ਪੈਰ ਕਿਉਂ ਪੁੱਠੇ ਨੇ ਮਾਂ ਨੇ ਕਿਹਾ ਪੁੱਤ ਤੇਰੇ ਵੱਲ ਪਿੱਠ ਕਰੀ ਖੜੀ ਆ ਫੋਨ ਕਰਦੀ ਆ ਸਰਦੋਲ ਸਿੰਘ ਕਹਿ ਰਿਹਾ ਸੀ ਕਿ ਸ਼ਰਾਬ ਨੇ ਉਹਦਾ ਦਿਮਾਗ ਚੁੱਕ ਦਿੱਤਾ ਇਹਨੇ ਨੂੰ ਐਂਬੂਲੈਂਸ ਆਈ ਡਾਕਟਰਾਂ ਨੇ ਚੈੱਕ ਕਰਨ ਤੋਂ ਬਾਅਦ ਦੱਸਿਆ ਕਿ ਜ਼ਿਆਦਾ ਸ਼ਰਾਬ ਪੀਣ ਕਾਰਨ ਦਿਮਾਗ ਵਿੱਚ ਸੋਜਿਸ਼ ਆਉਣ ਨਾਲ ਸ਼ਰਾਬੀ ਅਜਿਹੇ ਦੌਰੇ ਪੈਣੇ ਸੁਭਾਵਕ ਨੇ ਇਹਦਾ ਬਲੱਡ ਪ੍ਰੈਸ਼ਰ ਵੀ ਬਹੁਤ ਜ਼ਿਆਦਾ ਹੈ ਇਹਨੂੰ ਹੋਰ ਪੇਟ ਨਹੀਂ ਦੇਣੀ ਬ੍ਰੇਨ ਡੈਮੇਜ ਹੋ ਸਕਦਾ ਜਦੋਂ ਠੀਕ ਹੋ ਜਾਵੇ ਤਾਂ ਕਿਸੇ ਮਨੋਵਿਗਿਆਨਿਕ ਨੂੰ ਜ਼ਰੂਰ ਦਿਖਾਉਣਾ ਪੀਣ ਦੀ ਕੋਈ ਵਜ੍ਹਾ ਜ਼ਰੂਰ ਹੁੰਦੀ ਆ ਉਹਨਾਂ ਟੀਕਾ ਲਾਇਆ ਦਵਾਈ ਦਿੱਤੀ ਤੇ ਚਲੇ ਗਏ ਟੀਕਾ ਇਹਨਾਂ ਅਸਰਦਾਰ ਸੀ ਕਿ ਉਹਦੀਆਂ ਅੱਖਾਂ ਬੰਦ ਹੋਣ ਲੱਗੀਆਂ ਉਹ ਬੇਹੋਸ਼ੀ ਜੀ ਵਿੱਚ ਅਜੇ ਵੀ ਆਖ ਰਿਹਾ ਸੀ ਮੈਨੂੰ ਬਚਾ ਲਾ ਮੈਂਨੂੰ ਬਹੁਤ ਡਰ ਲੱਗਦਾ ਮਾਰ ਦੇ ਦੇ ਵੀਗੀ ਮੈਨੂੰ ਉਹ ਵੇਖ ਪੁੱਠੇ ਪੈਰ ਦਿਲਬਾਗ ਸਿੰਘ ਨੇ ਸਾਫੇ ਦੇ ਲੜ ਨਾਲ ਅੱਖਾਂ ਪੂੰਝਦੇ ਆ ਪੁੱਤ ਨੂੰ ਬੁੱਕਲ ਵਿੱਚ ਲੈ ਕੇ ਕਿਹਾ ਪੁੱਤਰਾ ਮੈਂ ਤਾਂ ਤੈਨੂੰ ਪੜਾ ਲਿਖਾ ਕੇ ਪਰੀਆਂ ਦੇ ਦੇਸ਼ ਵਿੱਚ ਭੇਜਿਆ ਸੀ ਮੈਨੂੰ ਕੀ ਪਤਾ ਸੀ ਉੱਥੇ ਚੁੜੇਲਾ ਵੀ ਹੋਣਗੀਆਂ ਅਮਰ ਤਾਂ ਸੋ ਗਿਆ ਪਰ ਈਸ਼ਵਰ ਕੌਰ ਤੇ ਦਲਬਾਗ ਸਿੰਘ ਨੂੰ ਸਾਰੀ ਰਾਤ ਨੀਂਦ ਨਾ ਪਈ ਜਿਵੇਂ ਪੁੱਠੇ ਪੈਰਾਂ ਵਾਲੀ ਡੈਣ ਉਹਨਾਂ ਦੇ ਆਸੇ-ਪਾਸੇ ਨੱਚ ਰਹੀ ਹੋਵੇ ਖੌਰੂ ਪੌਂਦੀ ਜੇਤੂ ਅੰਦਾਜ਼ ਵਿੱਚ ਉਹਨਾਂ ਬਿੰਦੀ ਨੂੰ ਆਵਾਜ਼ ਮਾਰੀ ਉਹ ਤਾਂ ਕਦੋਂ ਦੀ ਜਾ ਕੇ ਆਪਣੇ ਮਾਪਿਓ ਕੋਲ ਬੀਸਮੈਂਟ ਵਿੱਚ ਸੋ ਗਈ ਸੀ ਸਾਰੇ ਘਰ ਵਿੱਚ ਜਿਵੇਂ ਚੁੜੇਲ ਦਾ ਪੈਰਾ ਸੀ ਤੇ ਡਰ ਹੀ ਡਰ ਅਮਰ ਹਜੇ ਵੀ ਬੁੜਬੁੜਾ ਰਿਹਾ ਸੀ ਦੋਸਤੋ ਏ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਕਹਾਣੀ ਬਾਰੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ ਜੀ ਧੰਨਵਾਦ